ਜਿਤਬੈ ਸਰਬ ਸੰਭਾਲੇ ਵਾਜੇ ਨੌਦ ਅਨੇਕ ਸੰਖਾਂ ਕੇਤੇ ਬਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਈਅਨ ਕੇਤੇ ਗਾਵਣ ਹਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦਿੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਣੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਹੀ ਤੁਦ ਨੂੰ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੇ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਮ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਸੋਦਰ ਇੱਕ ਐਸਾ ਸ਼ਬਦ ਹੈ ਪੌੜੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜਪਜੀ ਸਾਹਿਬ ਦੇ ਅੰਦਰ ਤੇ ਆਈ ਹੈ ਪਰ ਰਹਿਰਾਜ ਸਾਹਿਬ ਦੀ ਬਾਣੀ ਵਿੱਚ ਵੀ ਹੈ ਔਰ ਆਸਾ ਰਾਗ ਦੇ ਅੰਦਰ ਵੀ ਹੈ ਇਹ ਸ਼ਬਦ ਬਾਰ ਬਾਰ ਆਇਆ ਹੈ ਦਰਅਸਲ ਧਰਮ ਦੀ ਸਾਰੀ ਸਾਧਨਾ ਦਾ ਮੂਲ ਮੁੱਦਾ ਤੇ ਇਹ ਹੀ ਹੈ ਕਿ ਮਨੁੱਖ ਨੂੰ ਉਸ ਦਰ ਦੀ ਸਮਝ ਪੈ ਜਾਏ ਦਰ ਤੱਕ ਜਦ ਪਹੁੰਚ ਜਾਏ ਤਾਂ ਘਰ ਤੱਕ ਪਹੁੰਚਿਆ ਸਮਝੋ ਉਸ ਦਰ ਦੀ ਮਹਿਮਾ ਹੈ ਭਗਤ ਕਬੀਰ ਕਹਿੰਦੇ ਨੇ ਜੈ ਦਰ ਆਵਤ ਜਾਤ ਹੋ ਹਟਕੇ ਨਾਹੀਂ ਕੋਏ ਸੋ ਦਰ ਕੈਸਾ ਛੋੜੀਏ ਜੋ ਦਰ ਐਸਾ ਹੋਏ ਜਿਤਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ ਉਸਦੇ ਦਰਵਾਜ਼ੇ ਕਮਜ਼ੋਰਾਂ ਲਈ ਬੰਦ ਆਉਣਗੇ ਜਿਤਨਾ ਸਮਰੱਥ ਤੇ ਸੰਪਦਾ ਮਹਾਨ ਮਨੁੱਖ ਹੋਵੇਗਾ ਉਤਨਾ ਹੀ ਮਫਲਸ ਤੇ ਗਰੀਬਾਂ ਲਈ
ਉਸ ਦੇ ਦਰਵਾਜ਼ੇ ਬੰਦ ਹੋਣਗੇ। ਜਿਤਨਾ ਸੁੰਦਰ ਹੋਵੇਗਾ ਔਰ ਵੱਡਾ ਹੋਵੇਗਾ, ਛੋਟਿਆਂ ਲਈ ਉਸ ਦੇ ਦਰਵਾਜ਼ੇ ਬੰਦ ਹੋਣਗੇ। ਦਰਅਸਲ ਜੈਸੇ ਜੈਸੇ ਮਨੁੱਖ ਦੀ ਸਮਰੱਥਾ ਵੱਧਦੀ ਜਾਂਦੀ ਹੈ, ਵੈਸੇ ਵੈਸੇ ਬੂਹੇ ਉਸਦੇ ਹਰ ਵਕਤ ਖੁੱਲ੍ਹੇ ਨਹੀਂ ਰਹਿੰਦੇ, ਕਿਸੇ ਕਿਸੇ ਵਕਤ ਖੁੱਲ੍ਹਦੇ ਨੇ ਔਰ ਕਿਸੇ ਕਿਸੇ ਲਈ ਖੁੱਲ੍ਹਦੇ ਨੇ। ਕਬੀਰ ਕਹਿੰਦੇ ਨੇ, ਸਰਵ ਸ਼ਕਤੀਮਾਨ ਸਾਰੇ ਬ੍ਰਹਿਮੰਡ ਦਾ ਮਾਲਕ, ਉਹ ਜੋ ਪਰਿਪੂਰਨ ਪਰਮਾਤਮਾ ਹੈ, ਉਸਦਾ ਦਰਵਾਜ਼ਾ ਸਦਾ ਹੀ ਖੁੱਲ੍ਹਾ ਹੈ, ਸਦਾ ਹੀ ਖੁੱਲ੍ਹਾ ਹੈ, ਕਦੀ ਬੰਦ ਹੀ ਨਹੀਂ ਆਉਂਦਾ, ਕਿਸੇ ਲਈ ਵੀ ਬੰਦ ਨਹੀਂ ਆਉਂਦਾ ਔਰ ਕਦੇ ਵੀ ਬੰਦ ਨਹੀਂ ਆਉਂਦਾ, ਹਰ ਵਕਤ ਖੁੱਲ੍ਹਾ ਹੈ, ਕਿਸੇ ਪ੍ਰਕਾਰ ਦੀ ਉੱਥੇ ਕੋਈ ਰੋਕ ਟੋਕ ਨਹੀਂ ਹੈ। ਅਕਸਰ ਰੋਕ ਦਿੱਤਾ ਜਾਂਦਾ ਉਸ ਮਨੁੱਖ ਨੂੰ, ਉਸ ਦਰ ਤੇ ਜੋ ਕਮਜ਼ੋਰ ਹੈ, ਲਾਗਰ ਹੈ, ਲਾਚਾਰ ਹੈ। ਸੰਪੰਨ ਮਨੁੱਖ ਹੀ ਸਮਰਥ ਪੁਰਖਾਂ ਦੇ ਦਰ ਤੱਕ ਪਹੁੰਚਦੇ ਨੇ, ਘਰ ਤੱਕ ਪਹੁੰਚਦੇ ਨੇ, ਕਮਜ਼ੋਰ ਤੇ ਰਹਿ ਜਾਂਦੇ। ਪਰ ਕਬੀਰ ਕਹਿੰਦੇ ਨੇ, ਇਹ ਦਰ ਐਸਾ ਹੈ, ਸਭ ਲਈ ਖੁੱਲ੍ਹਾ ਹੈ ਔਰ ਸਭ ਸਮੇਂ ਖੁੱਲ੍ਹਾ ਹੈ। ਕਬੀਰ ਜਿਹੇ ਦਰ ਆਵਤ ਜਾਤੋ, ਹਟਕੇ ਨਾਹੀਂ ਕੋਏ, ਸੋ ਦਰ ਕੈਸਾ ਛੋੜੀਏ, ਜੋ ਦਰ ਐਸਾ ਹੋਏ। ਐਸਾ ਜੋ ਦਰ ਹੈ ਉਸਦੀ ਵਿਆਖਿਆ ਕਰਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਜਿਤਨਾ ਵੱਡਾ ਘਰ ਹੋਵੇਗਾ, ਕੁਦਰਤੀ ਹੈ, ਉਤਨਾ ਹੀ ਵੱਡਾ ਦਰ ਹੋਵੇਗਾ। ਦਰ ਦੀ ਮਹਾਨਤਾ ਤੋਂ ਘਰ ਦੀ ਮਹਾਨਤਾ ਦਾ ਪਤਾ ਚੱਲਦਾ ਹੈ। ਦਰ ਮਾਮੂਲੀ ਹੈ, ਦਰ ਛੋਟਾ ਹੈ, ਦਰ ਫਿਜ਼ੂਲ ਹੈ, ਤੋ ਘਰ ਕੋਈ ਮਹਾਨ ਨਹੀਂ ਹੋਵੇਗਾ। ਦਰ ਦੀ ਸ਼ੋਭਾ ਕਰਕੇ ਹੀ ਘਰ ਦੀ ਸ਼ੋਭਾ ਹੈ। ਤੋ ਉਹ ਜੋ ਪਰਿਪੂਰਨ ਪਰਮਾਤਮਾ ਹੈ, ਉਸਦਾ ਦਰ ਕੈਸਾ ਹੈ, ਉਸਦਾ ਘਰ ਕੈਸਾ ਹੈ, ਇਹ ਜਾਣਨ ਦੀ ਆਖਿਰ ਹਰ ਇੱਕ ਦੇ ਅੰਦਰ ਭੁੱਖ ਹੁੰਦੀ ਹੈ। ਵਾਕਈ ਮੈਂ ਦਰ ਤੱਕ ਪਹੁੰਚਿਆ ਕਿ ਨਹੀਂ ਔਰ ਮੈਂ ਘਰ ਤੱਕ ਪਹੁੰਚਿਆ ਕਿ ਨਹੀਂ, ਇਹ ਅੰਦਾਜ਼ੇ ਵੀ ਕਿਸ ਤਰ੍ਹਾਂ ਲੱਗਣਗੇ। ਇਸ ਪੌੜੀ ਦੇ ਜਿਹੜਾ ਖੁਲਾਸਾ ਹੈ, ਅਗਰ ਇਹ ਕਿਧਰੇ ਜੀਵਨ ਵਿੱਚ ਉਤਰ ਜਾਏ ਤਾਂ ਉਸ ਮਨੁੱਖ ਨੂੰ ਸਮਝ ਲਓ ਉਹ ਦਰ ਤੱਕ ਪਹੁੰਚ ਗਿਆ, ਘਰ ਤੱਕ ਪਹੁੰਚ ਗਿਆ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਉਹ ਦਰ ਕੈਸਾ ਹੈ, ਉਹ ਘਰ ਕੈਸਾ ਹੈ, ਜਿੱਥੇ ਬੈਠ ਕੇ ਉਹ ਸਰਵ ਸ਼ਕਤੀਮਾਨ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ। ਪ੍ਰਸ਼ਨ ਹੈ, ਸਵਾਲ ਹੈ। ਕਹਿ ਦਿੰਦਾ ਇੱਕ ਮਨੁੱਖ ਮਸਜਿਦ ਦੇ ਬੂਹੇ ਨੂੰ, ਇਹ ਖੁਦਾ ਦਾ ਘਰ ਹੈ ਔਰ ਇਹ ਖੁਦਾ ਦਾ ਦਰ ਹੈ। ਕਹਿ ਦਿੰਦਾ ਇੱਕ ਮਨੁੱਖ ਇਹ ਭਗਵਾਨ ਦਾ ਮੰਦਿਰ ਹੈ ਔਰ ਇਹ ਭਗਵਾਨ ਦਾ ਦਰ ਹੈ। ਕਹਿ ਦਿੰਦੇ ਅਸੀਂ ਇਹ ਗੁਰੂ ਦਾ ਦਰ ਹੈ, ਗੁਰਦੁਆਰਾ ਹੈ, ਇਹ ਗੁਰੂ ਦਾ ਘਰ ਹੈ, ਗੁਰੂ ਘਰ ਹੈ, ਗੁਰੂ ਦਰ ਹੈ। ਪਰ ਮੈਂ ਅਰਜ਼ ਕਰਾਂ, ਮੰਦਿਰ ਮਸਜਿਦ ਗੁਰਦੁਆਰੇ ਉਸਦੀ ਦਰ ਦੀ ਸਮਝ ਪੈ ਸਕੇ, ਇਸ ਵਾਸਤੇ ਹੈਗੇ ਨੇ ਗੁਰਦੁਆਰੇ। ਇਸ ਵਾਸਤੇ ਜਾਣਾ ਹੈ ਦਰ ਦੀ ਸਮਝ ਪੈ ਸਕੇ ਗੁਰਦੁਆਰੇ, ਇਸ ਵਾਸਤੇ ਜਾਣਾ ਹੈ ਘਰ ਦੀ ਸਮਝ ਪੈ ਸਕੇ ਮੰਦਿਰ ਮਸਜਿਦ, ਇਸ ਵਾਸਤੇ ਜਾਣਾ ਹੈ ਉਸਦੇ ਦਰ ਦੀ ਸਮਝ ਪੈ ਸਕੇ, ਉਸਦੇ ਘਰ ਦੀ ਸਮਝ ਪੈ ਸਕੇ। ਵਰਨਾ ਖਾਨਾ ਕਾਬਾ ਦੇ ਦਰਵਾਜ਼ੇ ਗੈਰ ਮੁਸਲਮਾਨਾਂ ਲਈ ਬੰਦ ਨੇ, ਨਹੀਂ ਜਾ ਸਕਦੇ।
ਸਿਨਾਗਾਗ ਦੇ ਬੂਹੇ, ਯਹੂਦੀਆਂ ਦੇ ਮੰਦਰ ਦੇ ਦਰਵਾਜ਼ੇ ਇਸਤਰੀਆਂ ਲਈ ਬੰਦ ਨੇ। ਹਜ਼ਾਰਾਂ ਸਾਲ ਤੱਕ ਭਾਰਤ ਵਿੱਚ ਸਨਾਤਨੀ ਮੰਦਰਾਂ ਦੇ ਦਰਵਾਜ਼ੇ ਸ਼ੂਦਰਾਂ ਲਈ ਬੰਦ ਸਨ। ਇਹ ਭਗਵਾਨ ਦਾ ਘਰ ਸਾਰਿਆਂ ਲਈ ਤੇ ਖੁੱਲਾ ਨਾ ਹੋ ਗਿਆ, ਲੇਕਿਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਉਸ ਦਰ ਤੇ ਘਰ ਦੀ ਵਿਆਖਿਆ ਕਰ ਰਹੇ ਨੇ, ਉਹ ਇੱਟਾਂ ਤੇ ਪੱਥਰਾਂ ਦਾ ਬਣਿਆ ਹੋਇਆ ਨਹੀਂ ਹੈ। ਉਹ ਦਰਵਾਜ਼ਾ ਲੱਕੜ ਸੋਨੇ ਚਾਂਦੀ ਦਾ ਬਣਿਆ ਹੋਇਆ ਨਹੀਂ ਹੈ। ਉਹ ਨਿਰਾਕਾਰ ਪਰਮਾਤਮਾ, ਨਿਰਾਕਾਰ ਉਸਦਾ ਘਰ ਔਰ ਨਿਰਾਕਾਰ ਹੀ ਉਸਦਾ ਦਰ। ਉਸ ਦਰ ਘਰ ਦੀ ਮਹਿਮਾ ਧੰਨ ਗੁਰੂ ਨਾਨਕ ਨੇ ਜਿਸ ਢੰਗ ਨਾਲ ਗਾਈ ਹੈ, ਕਿਉਂਕਿ ਸਾਰੇ ਦਰ ਉਸ ਤੋਂ ਆ ਰਹੇ ਨੇ ਜਿਸ ਦਾ ਦਰ ਆਕਾਰ ਤੋਂ ਰਹਿਤ ਹੈ। ਸਾਰੇ ਦਰ ਉਸੇ ਤੋਂ ਆ ਰਹੇ ਨੇ, ਸਾਰਾ ਆਕਾਰ ਉਸੇ ਤੋਂ ਆ ਰਿਹਾ ਹੈ ਜਿਸ ਦਾ ਕੋਈ ਆਕਾਰ ਨਹੀਂ। ਇੱਕ ਫੁੱਲ ਪੈਦਾ ਹੋਇਆ ਰੰਗ ਲੈ ਕੇ, ਰੂਪ ਲੈ ਕੇ, ਸੁਗੰਧ ਲੈ ਕੇ, ਸੁਹੱਪਣ ਲੈ ਕੇ, ਮੁਰਝਾ ਗਿਆ, ਕੁਮਲਾ ਗਿਆ, ਖੋ ਗਿਆ ਰੰਗ, ਖੋ ਗਿਆ ਸੁਹੱਪਣ, ਖੋ ਗਈ ਸੁਹੱਪਣ, ਸੁੱਕ ਗਿਆ, ਝੜ ਗਿਆ। ਉਹ ਰੰਗ ਕਿੱਥੇ ਚਲਾ ਗਿਆ? ਉਹ ਰੰਗ ਉਸ ਵਿੱਚ ਚਲਾ ਗਿਆ ਜਿਸ ਦਾ ਕੋਈ ਰੰਗ ਨਹੀਂ। ਉਹ ਆਕਾਰ ਉਸਦੇ ਚਲਾ ਗਿਆ ਜਿਸ ਦਾ ਕੋਈ ਆਕਾਰ ਨਹੀਂ। ਉਹ ਰੂਪ ਉਸ ਵਿੱਚ ਚਲਾ ਗਿਆ ਜਿਸ ਦਾ ਕੋਈ ਰੂਪ ਨਹੀਂ। ਸਾਰਾ ਆਕਾਰ ਅਰੂਪ ਤੋਂ ਆਉਂਦਾ ਹੈ ਔਰ ਸਾਰਾ ਆਕਾਰ ਅਰੂਪ ਵਿੱਚ ਲੀਨ ਹੋ ਜਾਂਦਾ ਹੈ। ਉਹ ਜੋ ਅਰੂਪ ਹੈ, ਉਸਦਾ ਜੋ ਦਰ ਹੈ, ਉਸਦਾ ਜੋ ਘਰ ਹੈ, ਜੋ ਜਗਤ ਦਾ ਮੂਲ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸਦਾ ਚਿਤਰਨ ਇਸ ਪਾਵਨ ਪਵਿੱਤਰ ਵਾਕ ਵਿੱਚ ਕਰਦੇ ਨੇ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਉਹ ਦਰ ਕੈਸਾ ਹੈ, ਉਹ ਘਰ ਕੈਸਾ ਹੈ, ਜਿੱਥੇ ਬੈਠ ਕੇ ਹੇ ਪਰਿਪੂਰਨ ਪਰਮਾਤਮਾ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ, ਪ੍ਰਤਪਾਲਨਾ ਕਰਦਾ ਹੈ। ਤੋ ਉਸ ਦਰ ਦੀ ਮਹਿਮਾ ਇੰਜ ਗਾਉਂਦੇ ਨੇ, ਵਾਜੇ ਨੌਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ। ਦਰਅਸਲ ਇੱਕ ਅਨਾਹਦ ਨਾਦ ਜੋ ਸਮੂਹ ਬ੍ਰਹਿਮੰਡ ਵਿੱਚ ਗੂੰਜ ਰਿਹਾ। ਆਹਤ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ, ਅਨਾਹਦ ਜੋ ਹੈ ਟਕਰਾਓ ਤੋਂ ਨਹੀਂ ਪੈਦਾ ਹੋਇਆ, ਜੋ ਆਪਣੇ ਆਪ ਵਿੱਚ ਆਪ ਹੀ ਹੈ, ਐਸਾ ਨਾਦ ਪਰਮਾਤਮਾ ਦਾ ਨਾਦ ਹੈ, ਐਸੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ। ਕਿਉਂਕਿ ਉਹ ਵਿਆਪਕ ਹੈ, ਉਸਦਾ ਨਾਦ ਵੀ ਵਿਆਪਕ ਹੈ। ਉਹ ਵਿਆਪਕ ਹੈ, ਉਹਦਾ ਵੇਖਣਾ ਵੀ ਵਿਆਪਕ ਹੈ। ਉਹ ਵਿਆਪਕ ਹੈ, ਉਹਦਾ ਸੁਣਨਾ ਵੀ ਵਿਆਪਕ ਹੈ। ਉਹ ਵਿਆਪਕ ਹੈ, ਵਿਆਪਕ ਪੱਧਰ ਤੇ ਉਸਦੀ ਮਹਿਮਾ ਹੋ ਰਹੀ ਹੈ, ਉਸਦਾ ਗਾਇਨ ਹੋ ਰਿਹਾ ਹੈ। ਤੋ ਸਾਹਿਬ ਕਹਿੰਦੇ ਨੇ, ਵਾਜੇ ਨੌਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ। ਕਿਤਨੇ ਸਾਜ਼ ਨੇ, ਅਨੰਤ ਨੇ, ਅਸੰਖਾ ਗਿਣਤੀ ਚ ਨਹੀਂ ਆ ਸਕਦੇ, ਔਰ ਅਨੰਤ ਨੇ ਉਹਨਾਂ ਨੂੰ ਵਜਾਉਣ ਵਾਲੇ ਉਸ ਪਰਿਪੂਰਨ ਪਰਮਾਤਮਾ ਦੇ ਦਰ ਦੀ ਸ਼ੋਭਾ ਕਰ ਰਹੇ ਨੇ ਇਹ ਸਾਜ਼ ਔਰ ਇਹ ਸਾਜ਼ਿੰਦੇ। ਦੂਸਰਾ ਉਹ ਜੋ ਪਰਮਾਤਮਾ ਦਾ ਅਨਾਹਦ ਨਾਦ ਹੈ, ਇਹੀ ਉਸਦੇ ਦਰ ਦੀ ਸ਼ੋਭਾ ਹੈ। ਉਹ ਨਾਦ ਸੰਗੀਤਮਈ ਹੈ, ਉਹ ਨਾਦ ਗੀਤਮਈ ਹੈ। ਜਦ ਵੀ ਕਿਸੇ ਦਾ ਮਨ ਇਕਾਗਰ ਹੋ ਜਾਂਦਾ ਹੈ, ਇਹ ਨਾਦ
ਇਹ ਅਨਾਹਤ ਦੀ ਧੁਨੀ ਸੁਣਾਈ ਦਿੰਦੀ ਹੈ ਜੋ ਸੰਗੀਤਮਈ ਹੈ, ਗੀਤਮਈ ਹੈ। ਔਰ ਜਗਤ ਵਿੱਚ ਉਸ ਸੁਣੇ ਹੋਏ ਅਨਾਹਤ ਨਾਦ ਨੂੰ, ਉਸ ਗੀਤ ਅਤੇ ਸੰਗੀਤ ਨੂੰ ਜੋ ਆਪਣੀ ਭਾਸ਼ਾ ਅਤੇ ਰਸਨਾ ਦੇ ਰਾਹੀਂ ਬਾਹਰ ਪ੍ਰਗਟ ਕਰਦਾ ਹੈ, ਅਸੀਂ ਉਹਨਾਂ ਨੂੰ ਹੀ ਅਵਤਾਰ ਕਹਿੰਦੇ ਹਾਂ। ਉਹ ਲੋਕ ਜਿਨ੍ਹਾਂ ਨੇ ਉਸ ਰਸ ਨੂੰ ਮਾਣਿਆ, ਜਾਣਿਆ, ਉਸ ਨਾਦ ਨੂੰ ਸੁਣਿਆ, ਲੇਕਿਨ ਸੁਣਾ ਨਾ ਸਕੇ, ਜਗਤ ਦੇ ਸਾਹਮਣੇ ਰੱਖ ਨਾ ਸਕੇ, ਉਹ ਲੀਨ ਤੇ ਹੋ ਗਏ, ਆਨੰਦ ਤੇ ਮਾਣ ਗਏ, ਪਰ ਉਹਨਾਂ ਦੀ ਹੋਂਦ ਤੋਂ ਜਗਤ ਨੂੰ ਲਾਭ ਨਹੀਂ ਹੋਇਆ। ਪਰ ਜਿਨ੍ਹਾਂ ਨੇ ਜਾਣਿਆ ਪਰ ਦੱਸਿਆ ਵੀ, ਜਿਨ੍ਹਾਂ ਨੇ ਜਾਣਿਆ ਇਸ਼ਾਰੇ ਵੀ ਕੀਤੇ, ਜਿਨ੍ਹਾਂ ਨੇ ਜਾਣਿਆ ਮਾਣਿਆ ਉਹਨਾਂ ਨੇ ਗੱਲ ਵੀ ਕੀਤੀ, ਉਹਨਾਂ ਦੀ ਹੋਂਦ ਸੰਸਾਰ ਵਿੱਚ ਅੱਜ ਤੱਕ ਕਾਇਮ ਹੈ। ਇਸ ਵਾਸਤੇ ਕਹਿੰਦੇ ਨੇ ਸ਼ਬਦ ਅਮਰ ਹੈ, ਬੋਲ ਅਮਰ ਹੈ, ਔਰ ਬੋਲਾਂ ਦੇ ਆਸਰੇ ਤੇ, ਖਾਸ ਕਰਕੇ ਅਮਰ ਬੋਲਾਂ ਦੇ ਆਸਰੇ ਤੇ ਉਹ ਹਸਤੀਆਂ ਅਮਰ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਰਾਹੀਂ ਅਮਰ ਵਾਕ ਜਗਤ ਵਿੱਚ ਪ੍ਰਗਟ ਹੁੰਦੇ ਨੇ। ਤੋ ਸਾਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਸਾਜ਼ ਨੇ, ਉਹਨਾਂ ਨੂੰ ਵਜਾਉਣ ਵਾਲੇ ਨੇ, ਉਸਦੇ ਦਰ ਦੀ ਸ਼ੋਭਾ ਅਨੇਕਾਂ ਤਰ੍ਹਾਂ ਦੇ ਸਾਜ਼ਾਂ ਦੇ ਵਜਾਉਣ ਔਰ ਆਵਾਜ਼ਾਂ ਨਾਲ ਹੋ ਰਹੀ ਹੈ। ਕਿਤੇ ਰਾਗ ਪਰੀ ਸਿਉਂ ਕਈਆਂ ਕਿਤੇ ਗਾਵਣ ਹਾਰੇ, ਪਤਾ ਨਹੀਂ ਕਿਤਨੇ ਰਾਗ ਨੇ, ਰਾਗਣੀਆਂ ਨੇ, ਪਰਿਵਾਰਾਂ ਸਮੇਤ ਰਾਗ ਤੇ ਰਾਗਣੀਆਂ ਔਰ ਅਨੰਤ ਨੇ ਉਹਨਾਂ ਨੂੰ ਗਾਉਣ ਵਾਲੇ ਭਾਵ ਅਨੰਤ ਨੇ, ਜਿਨ੍ਹਾਂ ਦੇ ਪਰਮਾਤਮਾ ਦੀ ਆਵਾਜ਼ ਨੂੰ ਪਕੜਿਆ, ਗੀਤ ਨੂੰ ਪਕੜਿਆ, ਸੰਗੀਤ ਨੂੰ ਪਕੜਿਆ ਔਰ ਗਾ ਗਾ ਕੇ ਜਗਤ ਨੂੰ ਸੁਣਾ ਰਹੇ ਨੇ, ਸੁਣਾ ਰਹੇ ਨੇ। ਇੱਕ ਆਲਮ ਕਹਿੰਦਾ, ਛੁਪ ਗਏ ਉਹ ਸਾਜ਼ੇ ਹਸਤੀ ਛੇੜ ਕਰ, ਅਬ ਤੋਂ ਬਸ ਆਵਾਜ਼ ਹੀ ਆਵਾਜ਼ ਹੈ। ਭਾਵੇਂ ਉਸਦਾ ਸਰੂਪ ਤੇ ਨਹੀਂ, ਪਰ ਉਸਦੀ ਆਵਾਜ਼ ਹੈ, ਉਸਦੀ ਆਵਾਜ਼ ਸੁਣ ਕੇ ਮਨ ਮਸਤ ਹੋ ਜਾਂਦਾ ਹੈ, ਸਮਾਧੀ ਲੀਨ ਹੋ ਜਾਂਦਾ ਹੈ। ਉਸਦੀ ਆਵਾਜ਼ ਸੰਗੀਤਮਈ ਹੈ, ਗੀਤਮਈ ਹੈ। ਮਨ ਕਿਧਰੇ ਚੁੱਪ ਕਰ ਜਾਏ, ਖਾਮੋਸ਼ ਹੋ ਜਾਏ, ਤੋ ਇਹ ਆਵਾਜ਼ ਸੁਣਾਈ ਦਿੰਦੀ ਹੈ, ਹੈਰਾਨਗੀ ਆਉਂਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਗੀਤ ਕਿਸੇ ਤੋਂ ਵੀ ਨਹੀਂ ਸਿੱਖਿਆ, ਪਰ ਉਹਨਾਂ ਦੀ ਸਾਰੀ ਬਾਣੀ ਗੀਤ ਵਿੱਚ ਔਰ ਸੰਗੀਤ ਵਿੱਚ। ਰਵਿਦਾਸ ਨੇ ਜੁੱਤੀਆਂ ਗੰਨਣਾ ਤੇ ਸਿੱਖਿਆ ਸੀ, ਗੀਤ ਸੰਗੀਤ ਨਹੀਂ, ਪਰ ਉਹਨਾਂ ਦੀ ਸਾਰੀ ਬਾਣੀ ਗੀਤ ਵਿੱਚ ਸੰਗੀਤ ਵਿੱਚ। ਕਬੀਰ ਨੇ ਕੱਪੜਾ ਬੁਣਨਾ ਤੇ ਸਿੱਖਿਆ ਸੀ, ਜੁਲਾਹਾ ਸੀ, ਪਰ ਉਸਦਾ ਸਾਰਾ ਕਲਾਮ ਗੀਤ ਵਿੱਚ ਸੰਗੀਤ ਵਿੱਚ। ਭਾਵੇਂ ਰਾਗ ਦੀ ਮਮਾਨੀਅਤ ਹੈ, ਪਰ ਕੁਰਾਨ ਸ਼ਰੀਫ ਤੇ ਗੀਤ ਵਿੱਚ ਹੈ, ਸੰਗੀਤ ਵਿੱਚ ਹੈ। ਜਦ ਬਾਂਗ ਦਿੰਦਾ ਕੋਈ ਮੌਲਵੀ, ਉਹ ਵੀ ਗੀਤ ਵਿੱਚ ਹੈ, ਸੰਗੀਤ ਵਿੱਚ ਹੈ। ਦਰਅਸਲ ਪਰਮਾਤਮਾ ਦੀ ਆਵਾਜ਼ ਗੀਤਮਈ ਹੈ, ਸੰਗੀਤਮਈ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। ਤੋ ਬਾਣੀ ਤੇ ਗੁਰੂ ਨਾਨਕ ਨੂੰ ਆਈ ਹੈ, ਮਰਦਾਨੇ ਨੂੰ ਨਹੀਂ। ਮਰਦਾਨਾ ਸਿਰਫ ਰਬਾਬ ਵਜਾਉਂਦਾ ਹੈ, ਗਾਉਂਦੇ ਗੁਰੂ ਨਾਨਕ ਆਪ ਨੇ, ਵਕਤ ਦਾ ਰਾਗ ਗਾਉਂਦੇ ਨੇ, ਵਕਤ ਦੀ ਰਾਗਣੀ ਗਾਉਂਦੇ ਨੇ। ਇਹ ਰਾਗ, ਇਹ ਗੀਤ, ਇਹ ਸੰਗੀਤ ਉਹ ਹੈ ਜੋ ਬ੍ਰਹਿਮੰਡ ਵਿੱਚ ਚੱਲ ਰਿਹਾ ਹੈ, ਚੱਲ ਰਿਹਾ। ਸਾਹਿਬ ਕਹਿੰਦੇ ਨੇ ਪਤਾ ਨਹੀਂ ਕਿਤਨਾ ਤਰ੍ਹਾਂ ਦਾ ਰਾਗ ਪਰਿਵਾਰਾਂ ਦੇ ਸਮੇਤ
ਔਰ ਕਿਤਨੇ ਉਸ ਨੂੰ ਗਾਉਣ ਵਾਲੇ ਨੇ, ਉਸ ਰਾਗ ਨੂੰ ਪਕੜ ਕੇ ਗਾਉਣ ਵਾਲੇ ਨੇ, ਉਸ ਸੰਗੀਤ ਨੂੰ ਪਕੜ ਕੇ ਗਾਉਣ ਵਾਲੇ ਨੇ, ਉਹਨਾਂ ਆਵਾਜ਼ਾਂ ਨੂੰ ਪਕੜ ਕੇ ਗਾਉਣ ਵਾਲੇ ਨੇ। ਦਰਅਸਲ ਸਾਜ਼ਾਂ ਦੇ ਜਨਮਦਾਤੇ ਸੰਤ ਜਨ ਨੇ, ਰਾਗਾਂ ਦੇ ਜਨਮਦਾਤੇ ਸੰਤ ਜਨ ਨੇ। ਇੱਕ ਆਵਾਜ਼ ਸ੍ਰੀ ਕ੍ਰਿਸ਼ਨ ਦੇ ਅੰਦਰ ਚੱਲਦੀ ਸੀ, ਮੁਰਲੀ ਵਜਾ ਕੇ ਦੱਸ ਦਿੱਤੀ ਇਹ ਧੁਨ ਮੇਰੇ ਅੰਦਰ ਚੱਲਦੀ ਹੈ। ਇੱਕ ਤਾਰਾ ਵਜਾ ਕੇ ਦੱਸ ਦਿੱਤਾ ਨਾਰਦ ਨੇ, ਇਹ ਧੁਨ ਮੇਰੇ ਅੰਦਰ ਚੱਲਦੀ ਹੈ। ਬੀਣਾ ਵਜਾ ਕੇ ਦੱਸ ਦਿੱਤੀ ਸੁਰਸਤੀ ਨੇ, ਇਹ ਧੁਨ ਮੇਰੇ ਅੰਦਰ ਚੱਲਦੀ ਹੈ, ਮੇਰੇ ਅੰਦਰ ਚੱਲਦੀ ਹੈ। ਸੱਤੇ ਬਰਮੰਡੇ ਨੇ ਕੀਰਤਨ ਤੋਂ ਇਨਕਾਰ ਕੀਤਾ, ਸਰੰਦਾ ਲੈ ਕੇ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕੀਰਤਨ ਕਰਨ ਲੱਗ ਪਏ। ਬਿਲਾਵਲ ਦੀਆਂ ਧੁਨਾਂ ਅਲਾਪੀਆਂ, ਇਹ ਸਰੰਦਾ ਵਜਾਉਣਾ ਕਿਸ ਤੋਂ ਸਿੱਖਿਆ, ਇਹ ਬਿਲਾਵਲ ਦੀ ਧੁਨ ਗਾਣੀ ਕਿਸ ਤੋਂ ਸਿੱਖੀ, ਕਿਸੇ ਤੋਂ ਨਹੀਂ ਸਿੱਖੀ। ਪਰਮਾਤਮਾ ਹੀ ਰਾਗ ਬਣ ਕੇ, ਗੀਤ ਬਣ ਕੇ, ਸੰਗੀਤ ਬਣ ਕੇ ਅੰਦਰੋਂ ਪ੍ਰਗਟ ਹੋਇਆ। ਜਦ ਵੀ ਕਿਸੇ ਦੇ ਅੰਦਰੋਂ ਪਰਮਾਤਮਾ ਪ੍ਰਗਟ ਹੋਵੇਗਾ ਆਵਾਜ਼ ਦੇ ਰਾਹੀਂ, ਉਹ ਆਵਾਜ਼ ਗੀਤ ਰਾਹੀਂ ਹੈ, ਉਹ ਆਵਾਜ਼ ਸੰਗੀਤ ਰਾਹੀਂ ਹੈ। ਗੀਤ ਬਣ ਕੇ, ਸੰਗੀਤ ਬਣ ਕੇ ਪਰਮਾਤਮਾ ਪ੍ਰਗਟ ਹੁੰਦਾ ਹੈ। ਪਰਮਾਤਮਾ ਦੇ ਬੋਲ ਗੀਤ ਨੇ। ਤਦੀ ਤੇ ਕ੍ਰਿਸ਼ਨ ਦੇ ਕੰਠ ਤੋਂ ਜੋ ਨਿਕਲਿਆ ਉਹਨੂੰ ਕਹਿੰਦੇ ਆ ਭਾਗਵਤ ਗੀਤਾ, ਪ੍ਰਭੂ ਦੀ ਗੀਤਾ, ਪਰਮਾਤਮਾ ਦੇ ਗੀਤ। ਦਰਅਸਲ ਪਰਮਾਤਮਾ ਦੀ ਬਾਣੀ, ਪਰਮਾਤਮਾ ਦੇ ਬੋਲ ਸਾਰੇ ਦੇ ਸਾਰੇ ਗੀਤਮਈ ਨੇ, ਸੰਗੀਤਮਈ ਨੇ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ, ਗਾਵੇ ਤੁਨੂੰ ਪਾਉਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾ ਰਹੀ ਹੈ ਤੈਨੂੰ ਪਵਨ, ਗਾ ਰਿਹਾ ਤੈਨੂੰ ਪਾਣੀ, ਗਾ ਰਿਹਾ ਤੈਨੂੰ ਬਸੰਤਰ। ਭਾਵ ਕੋਈ ਪਵਨ ਨੂੰ ਦੇਖ ਕੇ ਬਿਸਮਾਦ ਹੋ ਕੇ ਤੈਨੂੰ ਗਾ ਰਿਹਾ, ਕੋਈ ਪਾਣੀ ਦੀ ਅਗਮਤਾ ਨੂੰ ਦੇਖ ਕੇ ਤੇਰੇ ਗੀਤ ਗਾ ਰਹੇ, ਅਥਾਹ ਸਾਗਰ ਅਥਾਹ ਨਦ ਨਾਲੇ। ਕੋਈ ਇਸ ਅਗਨੀ ਦੀ ਵਿਡਾਣ ਲੀਲਾ ਨੂੰ ਵੇਖ ਕੇ ਵਿਸਮਾਦ ਹੋ ਕੇ ਪਰਮਾਤਮਾ ਨੂੰ ਗਾ ਰਿਹਾ। ਔਰ ਇੰਜ ਕਹਿ ਲਈਏ, ਪਵਨ ਪਾਣੀ ਬੈਸੰਤਰ, ਇਹ ਜੋ ਮਰਿਆਦਾ ਦੇ ਚੱਲ ਰਹੇ ਨੇ, ਮਰਿਆਦਾ ਦੇ ਚੱਲਣਾ ਹੀ ਤੇਰਾ ਗਾਨ ਹੈ, ਤੇਰੀ ਉਸਤਤੀ ਹੈ। ਗਾਵੇ ਰਾਜਾ ਧਰਮ ਦੁਆਰੇ, ਤੇਰੇ ਦੁਆਰ ਤੇ ਬੈਠਾ ਧਰਮ ਰਾਜ ਵੀ ਤੈਨੂੰ ਗਾ ਰਿਹਾ। ਭਾਵ ਜੋ ਤੂੰ ਮਰਿਆਦਾ ਬਣਾਈ, ਜੋ ਤੂੰ ਨਿਯਮ ਬਣਾਇਆ, ਜੀਵਾਂ ਦੇ ਕਰਮਾਂ ਨੂੰ ਵੇਖ ਕੇ ਤੇ ਉਹਨਾਂ ਨੂੰ ਸੁੱਖ ਦੁੱਖ ਦਾ ਫਲ ਦੇਣਾ, ਜੋ ਇਹ ਤੂੰ ਵਿਧੀ ਵਿਧਾਨ ਬਣਾਇਆ, ਇਸ ਮਹਿਮਾ ਨੂੰ ਜਾਣ ਕੇ ਵੀ ਕੋਈ ਗਾ ਰਹੇ ਨੇ, ਹੇ ਪ੍ਰਭੂ ਧਨ ਹੈ ਉਹ ਧਰਮ ਜੋ ਤੂੰ ਬਣਾਇਆ, ਤੇਰੇ ਦਰ ਦੀ ਉਹ ਸ਼ੋਭਾ ਹੈ ਜਿਸ ਨਾਲ ਜੀਵਾਂ ਦੇ ਫੈਸਲੇ ਆਉਂਦੇ ਨੇ। ਗਾਵੇਂ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਉਹ ਚਿੱਤਰ ਗੁਪਤ ਵੀ ਧਨ ਹੈ, ਅਸੀਂ ਜੋ ਮਨ ਨਾਲ ਵੇਖਦੇ ਹਾਂ, ਸੁਣਦੇ ਹਾਂ, ਬੋਲਦੇ ਹਾਂ, ਸੋਚਦੇ ਹਾਂ, ਅੰਤਰ ਅੰਕੁਰਿਤ ਹੋ ਜਾਂਦਾ ਹੈ, ਅੰਦਰ ਲਿਖਿਆ ਜਾਂਦਾ ਹੈ। ਇਹ ਚਿੱਤਰ ਹਰ ਇੱਕ ਦੇ ਅੰਦਰ ਹੈ। ਇੱਕ ਤੇ ਸਾਡਾ ਪ੍ਰਗਟ ਚਿੱਤਰ ਹੈ, ਦੂਸਰਾ ਦੇਖ ਲੈਂਦਾ ਹੈ। ਇੱਕ ਸਾਡਾ ਗੁਪਤ ਚਿੱਤਰ ਹੈ ਜੋ ਦੂਸਰੇ ਨੂੰ ਨਹੀਂ ਦਿਖਾਈ ਦਿੰਦਾ। ਚਿੱਤਰ ਗੁਪਤ ਹੈ, ਉਹ ਬਣਦਾ ਹੈ, ਸੰਸਕਾਰਾਂ ਦਾ ਢਾਂਚਾ ਹੈ, ਜੋ ਮਨ ਨਾਲ ਅਸੀਂ ਵੇਖਦੇ ਹਾਂ, ਜੋ ਮਨ ਨਾਲ ਅਸੀਂ ਸੁਣਦੇ ਹਾਂ, ਬੋਲਦੇ ਹਾਂ, ਸੋਚਦੇ ਹਾਂ, ਉਹ ਅੰਦਰ ਅੰਕੁਰਿਤ ਹੋ ਜਾਂਦਾ ਹੈ। ਔਰ ਇਹ ਚਿੱਤਰ ਗੁਪਤ ਬਹੁਤ ਪੁਰਾਣਾ ਹੈ, ਬਹੁਤ ਪੁਰਾਣਾ ਹੈ। ਇਸ ਦੇ ਚੰਗੇ ਮਾੜੇ ਸੰਸਕਾਰ ਨੇ ਤੇ ਅਨੰਤ ਜਨਮਾਂ ਦੇ ਨੇ। ਅੰਤਿਮ ਸਮੇਂ ਜਦ ਇਹ ਸਥੂਲ ਸਰੀਰ ਕਬਰ ਵਿੱਚ ਪਾ ਦਿੱਤਾ ਜਾਂਦਾ ਹੈ ਜਾਂ ਜਲਾ ਦਿੱਤਾ ਜਾਂਦਾ ਹੈ, ਇਹੀ ਸੂਖਸ਼ਮ ਢਾਂਚਾ ਅੱਗੇ ਜਾਂਦਾ ਹੈ ਸੰਸਕਾਰਾਂ ਦਾ। ਤੋ ਮਹਾਰਾਜ ਕਹਿੰਦੇ ਨੇ,
ਕੋਈ ਇਸ ਲੀਲਾ ਨੂੰ ਜਦ ਜਾਣ ਲੈਂਦਾ ਹੈ, ਐਸਾ ਚਿਤ੍ਰਗੁਪਤ ਇਧਰ ਕਰਮ ਕਰੀਏ ਇਧਰ ਅੰਦਰ ਅੰਕੁਰਿਤ ਹੋ ਜਾਂਦੇ ਨੇ। ਔਰ ਪਤਾ ਨਹੀਂ ਕਿਤਨੇ ਚਿਤ੍ਰਗੁਪਤ ਤੋਂ ਬਣਾਏ, ਹਰ ਇੱਕ ਦੇ ਅੰਦਰ ਚਿਤ੍ਰਗੁਪਤ। ਮਹਾਰਾਜ ਕਹਿੰਦੇ ਨੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ। ਧਰਮ ਮਰਿਆਦਾ ਦੇ ਮੁਤਾਬਕ ਇਹ ਚਿਤ੍ਰਗੁਪਤ ਵੀ ਤੇਰੀ ਮਹਿਮਾ ਗਾਇਨ ਕਰ ਰਿਹਾ, ਜੋ ਜੀਵਾਂ ਦੇ ਕਰਮ ਲਿਖ ਰਿਹਾ। ਭਾਵ ਇਹ ਨਿਯਮ ਇਹ ਮਰਿਆਦਾ ਵੀ ਤੇਰੀ ਉਸਤਤੀ ਤੇ ਸ਼ੋਭਾ ਦਾ ਕਾਰਨ ਬਣੀ ਹੋਈ ਹੈ। ਗਾਵੇ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾ ਰਿਹਾ ਤੈਨੂੰ ਸ਼ਿਵ ਜੀ ਸਮਾਧੀ ਲਾ ਕੇ, ਗਾ ਰਿਹਾ ਤੈਨੂੰ ਬ੍ਰਹਮਾ ਬੜੀ ਵਿਦਵਤਾ ਨੂੰ ਸਾਹਮਣੇ ਰੱਖ ਕੇ, ਜੋ ਤੇਰੇ ਸਵਾਰੇ ਹੋਏ ਨੇ ਸੋਭਨੇਕ ਨੇ, ਈਸ਼ਰ ਜੈਸੇ ਸ਼ਿਵ ਜੀ ਜੈਸੇ ਬ੍ਰਹਮਾ ਜੈਸੇ ਤੈਨੂੰ ਗਾ ਰਹੇ ਨੇ, ਤੇਰੀ ਉਸਤਤੀ ਕਰ ਰਹੇ ਨੇ। ਗਾਵੇ ਇੰਦ ਇੰਦ ਆਸਨ ਬੈਠੇ ਦੇਵਤਿਆਂ ਦਰਨਾਲੇ, ਇੰਦਰੀਆਂ ਦੇ ਆਸਣ ਤੇ ਬੈਠ ਕੇ ਇੰਦਰੀਆਂ ਦਾ ਰਸ ਮਾਣਦੇ ਹੋਏ, ਇਹ ਇੰਦਰ ਜੋ ਕਿਤਨੇ ਹੀ ਤੂੰ ਬਣਾਏ ਨੇ ਇਹ ਵੀ ਗਾ ਰਹੇ ਨੇ ਤੈਨੂੰ ਦੇਵਤਿਆਂ ਦੇ ਨਾਲ। ਭਾਵ ਸਿਆਣੇ ਪੁਰਸ਼ ਗਿਆਨੀਆਂ ਨੂੰ ਨਾਲ ਲੈ ਕੇ ਤੇਰੀ ਉਪਮਾ ਵਿੱਚ ਜੁਟੇ ਹੋਏ ਨੇ, ਕੌਣ? ਇੰਦਰ ਵੀ। ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਸਮਾਧੀ ਲਾ ਕੇ ਸਿੱਧ ਵੀ ਤੈਨੂੰ ਗਾ ਰਹੇ ਨੇ, ਔਰ ਬੜੇ ਬੜੇ ਸਾਧ ਵਿਚਾਰ ਕਰਕੇ ਤੈਨੂੰ ਗਾ ਰਹੇ ਨੇ, ਔਰ ਅਨੰਤ ਜਤੀ ਨੇ ਸਤੀ ਨੇ ਭਾਵਦਾਨੀ ਨੇ ਸੰਤੋਖੀ ਨੇ ਔਰ ਬੜੇ ਬੜੇ ਸੂਰਬੀਰ ਨੇ, ਉਹ ਵੀ ਜੋ ਹੈ ਤੈਨੂੰ ਗਾ ਰਹੇ ਨੇ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ ਤੇਰੇ ਦਰ ਦੀ ਸ਼ੋਭਾ ਨੇ, ਕੌਣ? ਜਤੀ ਸਤੀ ਸੰਤੋਖੀ ਤੇ ਵੀਰ, ਤੇਰੇ ਦਰ ਦੀ ਮਹਿਮਾ ਕਿਸ ਤਰ੍ਹਾਂ ਨਾਪੀ ਜਾਏਗੀ? ਭਗਤਾਂ ਕਰਕੇ, ਸੰਤਾਂ ਕਰਕੇ, ਸੂਰਮਿਆਂ ਕਰਕੇ, ਜਤੀਆਂ ਕਰਕੇ, ਸਤੀਆਂ ਕਰਕੇ, ਦਾਨੀਆਂ ਕਰਕੇ, ਗੁਣਵਾਨਾਂ ਕਰਕੇ ਹੀ ਤੇਰੇ ਦਰ ਦੀ ਮਹਿਮਾ ਹੈ, ਪਤਾ ਚੱਲਦਾ ਤੇਰਾ ਦਰ ਮਹਾਨ ਹੈ, ਮਹਾਨ ਹੈ। ਜਤੀ ਜਤ ਧਾਰ ਕੇ ਤੈਨੂੰ ਗਾ ਰਿਹਾ, ਸਤੀ ਦਾਨ ਦੇ ਕੇ ਤੈਨੂੰ ਗਾ ਰਿਹਾ, ਸੰਤੋਖੀ ਸੰਤੁਸ਼ਟ ਹੋ ਕੇ ਤੇਰੀ ਮਹਿਮਾ ਉਚਾਰਨ ਕਰ ਰਿਹਾ, ਬੜੇ ਬੜੇ ਸੂਰਬੀਰ ਸੂਰਮਤਾਈ ਨੂੰ ਸਾਹਮਣੇ ਰੱਖ ਕੇ ਤੇਰੀ ਸੂਰਬੀਰਤਾ ਦਾ ਗਾਇਨ ਕਰ ਰਹੇ ਨੇ। ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ, ਜੋ ਤੋਂ ਵੱਡੇ ਵੱਡੇ ਮਹਾਰਿਖੀ ਰੱਖੇ ਹੋਏ ਨੇ, ਬਣਾਏ ਹੋਏ ਨੇ ਪੰਡਿਤ ਨੇ, ਉਹ ਵੀ ਜੁਗਾ ਜੁਗਾਂਤਰਾਂ ਨੂੰ ਵੇਦਾਂ ਨੂੰ ਸਾਹਮਣੇ ਰੱਖ ਕੇ ਤੈਨੂੰ ਗਾ ਰਹੇ ਨੇ, ਤੇਰੀ ਉਸਤਤੀ ਗਾ ਰਹੇ ਨੇ। ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ, ਜੋ ਮੋਹ ਲੈਂਦੀਆਂ ਨੇ ਧਰਤੀ ਦੇ ਜੀਵਾਂ ਨੂੰ, ਸਵਰਗ ਦੇ ਜੀਵਾਂ ਨੂੰ। ਭਾਵ ਜੋ ਉੱਚੀ ਸੁਰਤ ਵਾਲੇ ਨੇ ਸਵਰਗ ਦੇ ਵਿੱਚ ਰਹਿੰਦੇ ਨੇ, ਔਰ ਜੋ ਪਾਤਾਲ ਵਿੱਚ ਨੇ ਨੀਵੀਂ ਸੁਰ ਦੇ ਹੈ ਰਹਿੰਦੇ ਨੇ, ਔਰ ਜੋ ਧਰਤੀ ਦੇ ਨੇ ਦਰਮਿਆਨੇ ਲੋਕ ਨੇ, ਜਿਹੜੀਆਂ ਮੋਣੀਆਂ ਸਾਰਿਆਂ ਨੂੰ ਮੋਹ ਲੈਂਦੀਆਂ ਨੇ, ਹੇ ਪ੍ਰਭੂ ਉਹ ਤੇਰੇ ਤੇ ਮੋਹਿਤ ਹੋ ਕੇ ਗਾ ਰਹੀਆਂ ਨੇ ਤੈਨੂੰ, ਤੇਰੇ ਗੀਤ, ਤੇਰੀ ਉਪਮਾ, ਤੇਰੀ ਮਹਿਮਾ, ਇਹ ਵੀ ਤੇਰੀ ਦਰ ਦੀ ਸ਼ੋਭਾ ਬਿਆਨ ਕਰ ਰਹੀਆਂ ਨੇ। ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ, ਅਨੰਤ ਰਤਨ ਤੂੰ ਪੈਦਾ ਕੀਤੇ, ਇਹ ਵੀ ਤੇਰੀ ਉਪਮਾ ਦਾ ਕਾਰਨ ਨੇ। ਅਕਸਰ ਇਹਨੇ ਹੀਰੇ ਮੋਤੀਆਂ ਨੂੰ
ਮੰਦਰਾਂ ਵਿੱਚ ਰੱਖਿਆ ਗਿਆ ਔਰ ਇਹਨਾਂ ਨੂੰ ਸਾਹਮਣੇ ਰੱਖ ਕੇ ਪ੍ਰਭੂ ਦੀ ਉਸਤਤੀ ਕੀਤੀ ਗਈ। ਹੇ ਪ੍ਰਭੂ, ਤੂੰ ਪੱਥਰ ਨੂੰ ਇਤਨਾ ਕੀਮਤੀ ਬਣਾ ਦਿੱਤਾ, ਤੂੰ ਰਤਨ ਬਣਾ ਦਿੱਤਾ, ਜਵਾਹਰ ਬਣਾ ਦਿੱਤਾ, ਲਾਲ ਬਣਾ ਦਿੱਤਾ, ਮੂੰਗਾ ਬਣਾ ਦਿੱਤਾ, ਪੰਨਾ ਬਣਾਇਆ ਹੈ, ਐਸੀ ਕੀਮਤੀ ਤੂੰ ਪੱਥਰ ਵਿੱਚ ਜਾਨ ਪਾ ਕੇ ਐਸਾ ਉਸਨੂੰ ਮਹਾਨ ਬਣਾਇਆ। ਕੋਈ ਇਹਨਾਂ ਨੂੰ ਸਾਹਮਣੇ ਰੱਖ ਕੇ ਤੇਰੀ ਮਹਿਮਾ ਗਾਇਨ ਕਰ ਰਿਹਾ ਤੇ ਕੋਈ 68 ਤੀਰਥਾਂ ਨੂੰ ਸਾਹਮਣੇ ਰੱਖ ਕੇ ਤੇਰੇ ਦਰ ਦੀ ਮਹਿਮਾ ਗਾਇਨ ਕਰ ਰਿਹਾ। ਗਾਵੇਂ ਜੋਧ ਮਹਾਬਲ ਸੂਰਾ ਗਾਵੇਂ ਖਾਣੀ ਚਾਰੇ, ਮਹਾਬਲੀ ਜੋਧੇ ਸੂਰਬੀਰ ਇਹ ਤੇਰੀ ਮਹਿਮਾ ਗਾਇਨ ਕਰ ਰਹੇ ਨੇ ਔਰ ਹੇ ਪ੍ਰਭੂ ਇਹ ਚਾਰੇ ਖਾਣੀਆਂ ਵੀ ਤੇਰੀ ਉਸਤਤੀ ਕਰ ਰਹੇ ਨੇ। ਸਭ ਤੋਂ ਵੱਡੀ ਖਾਣ ਹੈ ਅੰਡਜ, ਦੂਜੀ ਖਾਣ ਹੈ ਜੇਰ ਪੇਟ ਤੋਂ ਪੈਦਾ ਹੋਣ ਵਾਲੇ, ਤੀਜੀ ਖਾਣ ਹੈ ਬਨਸਪਤੀ ਧਰਤੀ ਤੋਂ ਪੈਦਾ ਹੋਣ ਵਾਲੇ ਔਰ ਚੌਥੀ ਖਾਣ ਹੈ ਪਸੀਨੇ ਤੋਂ ਪੈਦਾ ਹੋਣ ਵਾਲੇ ਜੂਆਂ ਚਿੱਚੜ ਇਤਿਆਦਕ। ਇਹ ਚਾਰ ਖਾਣੀਆਂ ਨੇ ਅੰਡਜ ਜੇਰਜ ਸੇਤਜ ਉਤਭੁਜ ਸਵੈਤਜ, ਪਸੀਨੇ ਤੋਂ ਪੈਦਾ ਹੋਣ ਵਾਲੇ, ਉਤਭੁਜ ਧਰਤੀ ਤੋਂ ਪੈਦਾ ਹੋਣ ਵਾਲੇ ਅੰਡੇ ਔਰ ਜੇਰ ਪੇਟ ਤੋਂ ਪੈਦਾ ਹੋਣ ਵਾਲੇ। ਸਭ ਤੋਂ ਵੱਡੀ ਖਾਣੀ ਅੰਡੇ ਹੈ। ਕੋਈ ਸਿਆਣਾ ਇਹਨਾਂ ਅੰਡਿਆਂ ਦੇ ਜੋ ਜੀਵਾਂ ਨੂੰ ਪੈਦਾ ਹੁੰਦਿਆਂ ਦੇਖ, ਪਸੀਨੇ ਧਰਤੀ ਤੋਂ ਪੈਦਾ ਹੁੰਦੇ ਹੋਏ ਜੀਵਾਂ ਨੂੰ ਦੇਖ, ਪੇਟ ਤੋਂ ਪੈਦਾ ਹੁੰਦੇ ਜੀਵਾਂ ਨੂੰ ਦੇਖ, ਤੇਰੀ ਮਹਿਮਾ ਗਾਇਨ ਕਰ ਰਿਹਾ ਇਹਨਾਂ ਖਾਣੀਆਂ ਨੂੰ ਸਾਹਮਣੇ ਰੱਖੇ। ਗਾਵੇਂ ਖੰਡ ਮੰਡਲ ਵਰ ਵੰਡਾ, ਕਰ ਕਰ ਰੱਖੇ ਤੇਰੇ ਕਰ ਕਰ ਰੱਖੇ ਤਾਰੇ। ਇਹ ਜੇ ਤੂੰ ਬਣਾ ਕੇ ਧਾਰ ਕੇ ਰੱਖੇ ਹੋਏ ਨੇ ਤਰ੍ਹਾਂ ਤਰ੍ਹਾਂ ਦੇ ਖੰਡ ਔਰ ਬ੍ਰਹਿਮੰਡ ਅਨੰਤ, ਕੋਈ ਇਹਨਾਂ ਨੂੰ ਸਾਹਮਣੇ ਰੱਖੇ ਤੇਰੇ ਮਹਿਮਾ ਗਾਇਨ ਕਰ ਰਿਹਾ। ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰੱਥੇ ਤੇਰੇ ਭਗਤ ਰਸਾਲੇ। ਵਾਸਤਵਿਕ ਗੱਲ ਤੇ ਇਹ ਜੋ ਤੈਨੂੰ ਗਾ ਰਹੇ ਨੇ ਵਾਸਤਵਿਕ ਉਹੀ ਗਾ ਰਹੇ ਨੇ ਜੋ ਤੈਨੂੰ ਭਾ ਗਏ ਨੇ ਔਰ ਇਸ ਤਰ੍ਹਾਂ ਦੇ ਭਗਤ ਤੇਰੇ ਰਸ ਵਿੱਚ ਡੁੱਬੇ ਹੋਏ ਨੇ। ਉਸੇ ਹੋਰ ਖੇਤੇ ਗਾਵਨ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ, ਮੈਂ ਉਹਨਾਂ ਦੀ ਕੀ ਵਿਚਾਰ ਕਰਾਂ, ਕਿਉਂਕਿ ਇਤਨਾ ਅਨੰਤ ਪਸਾਰਾ ਹੈ ਉਸ ਪਰਿਪੂਰਨ ਪਰਮਾਤਮਾ ਨੂੰ ਗਾ ਰਿਹਾ ਜੋ ਮੇਰੇ ਚੇਤੇ 'ਚ ਨਹੀਂ ਆ ਰਹੇ, ਜੋ ਮੇਰੀ ਯਾਦ ਵਿੱਚ ਨਹੀਂ ਆ ਰਹੇ, ਉਸ ਅਨੰਤ ਨੂੰ ਅਨੰਤ ਹੀ ਗਾ ਰਹੇ ਨੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਉਹੀ ਪਰਿਪੂਰਨ ਪਰਮਾਤਮਾ ਸੱਚ ਹੈ, ਉਸਦੀ ਵਡਿਆਈ ਸੱਚੀ ਹੈ, ਮਾਲਕ ਸੱਚਾ ਹੈ। ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ, ਜਿਸਨੇ ਇਹ ਰਚਨਾ ਰਚੀ ਹੈ ਉਹ ਹੁਣ ਵੀ ਹੈ ਅਗਾਂਹ ਵੀ ਹੋਵੇਗਾ, ਉਹ ਐਸਾ ਨਹੀਂ ਕਿ ਚਲਾ ਜਾਏ ਖਤਮ ਹੋ ਜਾਏ। ਜਾਏ ਨਾ ਜਾਸੀ ਰਚਨਾ ਜਨ ਰਚਾਈ, ਜਿਸਨੇ ਰਚਨਾ ਰਚਾਈ ਹੈ ਉਹ ਸਦੀਵੀ ਹੈ, ਆਪਣੀ ਰਚਨਾ ਦੇ ਵਿੱਚੇ ਹੈ। ਰੰਗੀ ਰੰਗੀ ਬਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਜਿਸਨੇ ਤਰ੍ਹਾਂ ਤਰ੍ਹਾਂ ਦੀ ਜਿਨਸਾਂ ਦੀ ਮਾਇਆ ਦੁਆਰਾ ਇਹ ਸ੍ਰਿਸ਼ਟੀ ਇਹ ਜੀਵ ਉਤਪੰਨ ਕੀਤੇ ਨੇ, ਵੱਖ ਵੱਖ ਰੰਗਾਂ ਦੇ, ਵੱਖ ਵੱਖ ਰੂਪਾਂ ਦੇ, ਵੱਖ ਵੱਖ ਜਿਨਸਾਂ ਉਸ ਪਰਿਪੂਰਨ ਪਰਮਾਤਮਾ ਨੇ ਪੈਦਾ ਕੀਤੀਆਂ ਨੇ। ਕਰ ਕਰ ਵੇਖੇ ਕੀਤਾ ਆਪਣਾ ਜਿਵੇਂ ਤਿਸ ਦੀ ਵਡਿਆਈ, ਉਸ ਪਰਿਪੂਰਨ ਪਰਮਾਤਮਾ ਦੀ ਜਿਵੇਂ ਸ਼ੋਭਾ ਹੈ, ਵਡਿਆਈ ਹੈ, ਮਹਿਮਾ ਹੈ, ਉਹ ਆਪਣੇ ਕੀਤੇ ਦੀ ਸੰਭਾਲ ਵੀ ਕਰਦਾ ਹੈ। ਐਸਾ ਨਹੀਂ ਕਿ ਕਰ ਛੱਡਿਆ ਬਣਾ ਛੱਡਿਆ ਤੇ ਨਜ਼ਰ ਅੰਦਾਜ਼ ਕਰ ਦਿੱਤਾ, ਨਹੀਂ, ਕਰ ਕਰ ਵੇਖੇ ਕੀਤਾ ਆਪਣਾ, ਉਹ ਆਪਣਾ ਕੀਤਾ ਹੋਇਆ ਵੇਖ ਰਿਹਾ,
ਭਾਵ ਉਸਦੀ ਸੰਭਾਲ ਵੀ ਕਰ ਰਿਹਾ। ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਜੋ ਕੁਛ ਉਸ ਪਰਿਪੂਰਨ ਪਰਮਾਤਮਾ ਨੂੰ ਭਾਵਦਾ ਹੈ ਉਹੀ ਕੁਛ ਬ੍ਰਹਿਮੰਡ ਦੇ ਚ ਹੁੰਦਾ ਹੈ। ਉਸ ਪਰਿਪੂਰਨ ਪਰਮਾਤਮਾ ਤੇ ਹੁਕਮ ਨਹੀਂ ਕੀਤਾ ਜਾ ਸਕਦਾ, ਹੁਕਮ ਨਹੀਂ ਕੀਤਾ ਜਾ ਸਕਦਾ। ਸੋ ਪਾਤਸ਼ਾਹ ਸਾਹਾਂ ਪਾਤਸ਼ਾਹਿਬ ਨਾਨਕ ਰਹਿਣ ਰਜਾਈ। ਜੋ ਪਾਤਸ਼ਾਹ ਹੈ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ। ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਬਸ ਸਾਨੂੰ ਤੇ ਉਸਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਦਰਅਸਲ ਸੁਰਤ ਜੈਸੇ ਸ਼ਬਦ ਵਿੱਚ ਜੁੜਦੀ ਹੈ ਉਸਦੇ ਦਰ ਦਾ ਪਤਾ ਚੱਲਦਾ ਹੈ, ਉਸਦੀ ਦਰ ਦੀ ਮਹਿਮਾ ਦਾ ਪਤਾ ਚੱਲਦਾ ਹੈ। ਔਰ ਮਨੁੱਖ ਅਨੇਕਾਂ ਤਰ੍ਹਾਂ ਦੇ ਸੰਗੀਤਮਈ ਗੀਤਮਈ ਸਾਜ਼ ਆਵਾਜ਼ਾਂ ਨੂੰ ਸੁਣਦਾ ਹੈ, ਫਿਰ ਇਸ ਮਹਾਨਤਾ ਦਾ ਵੀ ਪਤਾ ਚੱਲਦਾ ਹੈ। ਇਹ ਪਵਨ ਪਾਣੀ, ਇਹ ਖੰਡ ਬ੍ਰਹਿਮੰਡ ਔਰ ਇਹ ਸਾਰਾ ਨਿਜ਼ਾਮ ਉਸ ਪਰਿਪੂਰਨ ਦੇ ਨਿਗਾਹ ਹੇਠ, ਬਾਣੇ ਹੇਠ, ਰਜ਼ਾ ਹੇਠ ਚੱਲ ਰਿਹਾ ਹੈ। ਇਤਨਾ ਵੱਡਾ ਪ੍ਰਵਾਹ ਉਸਦੇ ਬਾਣੇ ਹੇਠ ਚੱਲਦੇ ਹੋਇਆ ਮਨੁੱਖ ਵਿਸਮਾਦ ਹੋ ਕੇ ਉਸਦੀ ਉਸਤਤ ਵਿੱਚ ਲੀਨ ਹੋ ਜਾਂਦਾ ਹੈ। ਔਰ ਇਹ ਕਹਿੰਦਾ ਹੈ ਉਹ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ, ਉਹ ਮਾਲਕਾਂ ਦਾ ਵੀ ਮਾਲਕ ਹੈ, ਉਹ ਸਰਬ ਕਾਲਾ ਸਮਰਥ ਹੈ। ਸਾਨੂੰ ਤੇ ਨਾਨਕ ਰਹਿਣ ਰਜਾਈ, ਬਸ ਉਸਦੀ ਰਜ਼ਾ ਵਿੱਚ ਹੀ ਰਹਿਣਾ ਚਾਹੀਦਾ ਹੈ। ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤੇ ਡੰਡਾ ਪਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ, ਆਦੇਸ਼ ਤਿਸੇ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜਗਤ ਵਿੱਚ ਜਿਤਨੀਆਂ ਧਾਰਮਿਕ ਸੰਪਰਦਾਵਾਂ ਨੇ ਸਭ ਦੇ ਕੁਛ ਨਾ ਕੁਛ ਆਪਣੇ ਬੈਰੂਨੀ ਚਿੰਨ ਨੇ। ਲੰਬੀ ਚੋਟੀ ਹੈ, ਮੱਥੇ ਤੇ ਤਿਲਕ ਹੈ, ਤੇੜ ਜਨੇਊ ਹੈ, ਤਾਂ ਅਸੀਂ ਕਹਿ ਦਿੰਦੇ ਹਾਂ ਬ੍ਰਾਹਮਣ ਹੈ, ਬ੍ਰਾਹਮਣ ਹੈ, ਹੱਥ ਵਿੱਚ ਡੰਡੀ ਹੈ, ਸਿਰ ਬਿਲਕੁਲ ਮੁਨਿਆ ਹੋਇਆ, ਭਗਵਾ ਬੇਸ ਹੈ, ਅਸੀਂ ਕਹਿੰਦੇ ਹਾਂ ਇਹ ਤੇ ਸੰਨਿਆਸੀ ਹੈ। ਇਸੇ ਤਰ੍ਹਾਂ ਵਿਸ਼ੇਸ਼ ਲਿਬਾਸ ਨੂੰ ਦੇਖ ਕੇ ਕਹਿਣਾ ਪੈਂਦਾ ਇਹ ਬੋਧ ਭਿਕਸ਼ੂ ਹੈ। ਔਰ ਧੰਨ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਿੱਖ ਨੂੰ, ਸਿੰਘ ਨੂੰ ਇੱਕ ਵਿਸ਼ੇਸ਼ ਬਾਣਾ ਦਿੱਤਾ ਹੈ, ਜਿਸ ਕਰਕੇ ਪਤਾ ਚੱਲਦਾ ਹੈ ਇਹ ਸਿੱਖ ਹੈ, ਇਹ ਸਿੰਘ ਹੈ। ਹੂ ਬਹੂ ਜੋਗੀਆਂ ਦੇ ਵੀ ਕੁਛ ਬਾਹਰ ਦੇ ਚਿੰਨ ਨੇ, ਪਰ ਇਹ ਬਾਹਰ ਦੇ ਚਿੰਨ, ਬਾਹਰ ਦਾ ਬਾਣਾ ਕੁਛ ਅੰਦਰ ਦੀ ਪ੍ਰੇਰਣਾ ਦੇਵੇ ਔਰ ਅੰਦਰ ਦੀ ਅਵਸਥਾ ਨੂੰ ਬਾਹਰ ਪ੍ਰਗਟ ਕਰੇ ਤਾਂ ਤੇ ਠੀਕ, ਨਹੀਂ ਤੇ ਸਿਵਾਏ ਵੇਖ ਤੋਂ ਹੋਰ ਕੁਛ ਨਹੀਂ, ਸਿਵਾਏ ਪਖੰਡ ਤੋਂ ਹੋਰ ਕੁਛ ਨਹੀਂ। ਵੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੇਲੀਨ। ਤੋ ਧਾਰਮਿਕ ਚਿੰਨਾਂ ਤੋਂ ਸਹੀ ਢੰਗ ਨਾਲ ਪ੍ਰੇਰਣਾ ਲੈਣੀ ਹੈ।
ਜੈਸੇ ਹੱਥ ਵਿੱਚ ਅਸੀਂ ਕੜਾ ਪਾਇਆ ਹੈ, ਤੋ ਇਹ ਹੱਥ ਕਿਸੇ ਵੀ ਗਲਤ ਕੰਮ ਵਿੱਚ ਨਹੀਂ ਜਾਣਾ ਚਾਹੀਦਾ, ਕਿਉਂਕਿ ਗੁਰੂ ਨੇ ਕੜਾ ਦਿੱਤਾ ਹੈ ਔਰ ਕੜਾ ਇਸ ਗੱਲ ਦਾ ਪ੍ਰਤੀਕ ਹੈ ਕਿ ਤੇਰੇ ਹੱਥ ਬੰਧਨ ਵਿੱਚ ਹੋਣੇ ਚਾਹੀਦੇ ਨੇ, ਮਰਿਆਦਾ ਵਿੱਚ ਹੋਣੇ ਚਾਹੀਦੇ ਨੇ, ਬੇਤਰਤੀਬੀ ਇਹ ਹੱਥ ਨਹੀਂ ਚੱਲਣੇ ਚਾਹੀਦੇ। ਕਛਹਿਰਾ ਸ਼ੀਲ ਤੇ ਸੰਜਮ ਲਈ ਹੈ, ਕਿਰਪਾਨ ਬੀਰ ਰਸ ਲਈ ਹੈ, ਕੰਘਾ ਕੇਸਾਂ ਨੂੰ ਸਾਫ ਸੁਥਰਾ ਰੱਖਣ ਲਈ ਹੈ, ਔਰ ਕੇਸ ਕੁਦਰਤ ਦੀ ਸ਼ੋਭਾ, ਕੁਦਰਤ ਦਾ ਦਿੱਤਾ ਹੋਇਆ ਸ਼ਿੰਗਾਰ ਤੇ ਅਧਿਆਤਮਿਕ ਦੌਲਤ ਜੋ ਜਪ ਕਰਦੇ ਹਾਂ ਮਸਤਕ ਦੇ ਜਮ੍ਹਾਂ ਆਉਂਦੀ ਹੈ ਉਹਨੂੰ ਸੁਰੱਖਿਅਤ ਰੱਖਣ ਦਾ ਇੱਕ ਸਹਾਰਾ ਨੇ। ਪਰ ਕੋਈ ਜਪ ਕਰੇ ਹੀ ਨਾ, ਆਪਣੇ ਹੱਥ ਨੂੰ ਬੰਧਨਾਂ ਵਿੱਚ ਨਾ ਰੱਖੇ, ਸ਼ੀਲ ਤੇ ਸੰਜਮ ਨਾ ਰੱਖੇ, ਔਰ ਨਿਯਮ ਪੂਰਵਕ ਕੇਸਾਂ ਦੀ ਸਫਾਈ ਨਾ ਕਰੇ, ਔਰ ਜਪ ਤਪ ਕਰਕੇ ਮਸਤਕ ਵਿੱਚ ਰੂਹਾਨੀ ਸ਼ਕਤੀ ਇਕੱਠੀ ਨਾ ਕਰੇ, ਤਾਂ ਸਾਰਾ ਪਹਿਰਾਵਾ ਬੇਖ ਹੋ ਜਾਂਦਾ ਹੈ। ਹੂ ਬਹੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਗੀਆਂ ਨੂੰ ਸਮਝਾਉਂਦੇ ਕਹਿੰਦੇ ਨੇ, ਇਹ ਜੋਗੀ ਰਾਜ ਜੇ ਕਿਧਰੇ ਤੇਰੇ ਕੰਨਾਂ ਵਿੱਚ ਸੰਤੋਖ ਦੀਆਂ ਮੁੰਦਰਾਂ ਪਈਆਂ ਹੋਣ, ਮੁੰਦਾ ਸੰਤੋਖ, ਧਰਮ ਦੀ ਦੁਨੀਆਂ ਵਿੱਚ ਸੰਤੋਖ ਦੀ ਆਪਣੀ ਖਾਸ ਮਹਿਮਾ, ਸੰਤੁਸ਼ਟ ਹਿਰਦਾ ਹੀ ਪ੍ਰਭੂ ਦਾ ਸਿਮਰਨ ਕਰ ਸਕਦਾ ਹੈ, ਜੈਸੇ ਦਿਆਲੂ ਹੀ ਸੇਵਾ ਕਰ ਸਕਦਾ ਹੈ, ਸੰਤੁਸ਼ਟ ਹੀ ਸਿਮਰਨ ਕਰ ਸਕਦਾ ਹੈ। ਜੇਕਰ ਇਹ ਜੋਗੀ ਤੂੰ ਕੰਨਾਂ ਵਿੱਚ ਸੰਤੋਖ ਦੀ ਮੁੰਦਰਾ ਪਾ ਲਵੇਂ, ਸਰਮ ਪਤ ਝੋਲੀ, ਪਤ ਪਾਤਰ ਝੋਲੀ, ਖੱਪਰ ਵਿੱਚ ਭਿਕਸ਼ਾ ਲੈ ਕੇ ਝੋਲੀ ਦੇ ਜੋਗੀ ਪਾਉਂਦਾ ਹੈ। ਮਹਾਰਾਜ ਕਹਿੰਦੇ ਨੇ ਸਰਮ ਪਤ ਝੋਲੀ, ਜੇ ਕਿਧਰੇ ਤੋਂ ਮਿਹਨਤ ਨੂੰ ਹੀ ਭਿਕਸ਼ਾ ਮੰਗਣਾ ਬਣਾ ਲਵੇ, ਮਿਹਨਤ ਨੂੰ ਹੀ ਖੱਪਰ ਬਣਾਵੇ, ਮਿਹਨਤ ਨੂੰ ਹੀ ਝੋਲੀ ਬਣਾਵੇ, ਮਿਹਨਤ ਕਰਕੇ ਜੋ ਕੁਝ ਤੈਨੂੰ ਪ੍ਰਾਪਤ ਹੋ ਜਾਏ, ਮਿਹਨਤ ਕਰਕੇ ਜੋ ਤੈਨੂੰ ਮਿਲ ਜਾਏ, ਜੇ ਕਿਧਰੇ ਤੂੰ ਇਸ ਤਰ੍ਹਾਂ ਦਾ ਖੱਪਰ ਬਣਾਵੇ, ਇਸ ਤਰ੍ਹਾਂ ਦੀ ਝੋਲੀ ਬਣਾਵੇ, ਭਿਕਸ਼ਾ ਮੰਗਣ ਦੀ ਗੁਰੂ ਨਾਨਕ ਇਜਾਜ਼ਤ ਨਹੀਂ ਦਿੰਦੇ। ਮਹਾਰਾਜ ਕਹਿੰਦੇ ਮੰਗਣ ਗਿਆ ਸੋ ਮਰ ਰਿਹਾ, ਮੰਗਣ ਮੋਲ ਨਾ ਜਾਏ। ਮੰਗਣ ਵਾਲਾ ਸਭ ਤੋਂ ਨੀਵਾਂ ਖੜਾ ਹੋ ਜਾਂਦਾ, ਉਸਦਾ ਹੱਥ ਹੀ ਥੱਲੇ ਨਹੀਂ, ਉਹਦੀ ਸੁਰਤ ਵੀ ਥੱਲੇ ਚਲੀ ਜਾਂਦੀ ਹੈ, ਉਹਦੀ ਜੀਵਨ ਚੇਤਨਾ ਵੀ ਥੱਲੇ ਚਲੀ ਜਾਂਦੀ ਹੈ। ਮੰਗਤਾ ਸਭ ਤੋਂ ਥੱਲੇ ਬੈਠਾ। ਜਦ ਪਸ਼ੂ ਤੱਕ ਪੰਛੀ ਤੱਕ ਆਪਣਾ ਰਿਜ਼ਕ ਤਲਾਸ਼ ਕਰਦੇ ਨੇ, ਮਿਹਨਤ ਕਰਦੇ ਨੇ, ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਆਪਣਾ ਰਿਜ਼ਕ ਮਿਹਨਤ ਦੇ ਨਾਲ ਪ੍ਰਾਪਤ ਕਰ, ਤੂੰ ਉਦਮ ਪੁਰਸ਼ਾਰਿਤ ਕਰ, ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਭੁੰਚ, ਧਿਆਉਂਦਿਆਂ ਤੋਂ ਪ੍ਰਭੂ ਮਿਲ, ਨਾਨਕ ਉਤਰੀ ਚਿੰਤ, ਸਰਮ ਪਤ ਝੋਲੀ, ਮਿਹਨਤ ਕਰ, ਮਿਹਨਤ ਕਰਕੇ ਜੋ ਕੁਛ ਤੈਨੂੰ ਧਨ ਪ੍ਰਾਪਤ ਹੋ ਜਾਏ ਉਸ ਨਾਲ ਆਪਣੀ ਉਪਜੀਵਕਾ ਚਲਾ। ਮੰਗਣਾ ਮੰਗਤਾ
ਨਾ ਬਣ ਓਏ ਦਾਤੇ ਦੁੱਖ ਕਾਟਨ ਹਾਰ। ਪ੍ਰਭੂ ਦਾ ਨਾਮ ਜਪਣ ਵਾਲਾ ਤੇ ਦਾਤਾ ਬਣ ਜਾਂਦਾ ਹੈ ਮੰਗਤਾ ਨੇ। ਇਸ ਵਾਸਤੇ ਗੁਰੂ ਘਰ ਵਿੱਚ ਕਿਰਤ ਕਰਨੀ ਕੀਰਤੀ ਕਰਨੀ ਇਹ ਦੋ ਸਾਧਨ ਸਾਡੀ ਝੋਲੀ ਵਿੱਚ ਪਾਏ ਨੇ। ਕਿਰਤ ਕਰਕੇ ਤੂੰ ਆਪਣੇ ਤਨ ਦੀ ਪਾਲਣਾ ਕਰ, ਕੁਟੰਬ ਦੀ ਪਾਲਣਾ ਕਰ, ਔਰ ਕੀਰਤੀ ਕਰਕੇ ਤੂੰ ਆਪਣੇ ਮਨ ਦਾ ਆਨੰਦ ਹਾਸਲ ਕਰ, ਪਰਮਾਤਮਾ ਦਾ ਰਸ ਹਾਸਲ ਕਰ। ਕਿਰਤ ਕਰਕੇ ਸੰਸਾਰ ਨਾਲ ਜੁੜ, ਕੀਰਤੀ ਕਰਕੇ ਨਿਰੰਕਾਰ ਨਾਲ ਜੁੜ। ਤੋ ਸਾਹਿਬ ਕਹਿੰਦੇ ਨੇ ਇਹ ਜੋਗੀ ਜੇ ਕਿਧਰੇ ਤੂੰ ਮਿਹਨਤ ਦੀ ਝੋਲੀ ਬਣਾ ਲਵੇਂ, ਮਿਹਨਤ ਦਾ ਹੀ ਖੱਪਰ ਬਣਾ ਲਵੇਂ, ਤੇ ਧਿਆਨ ਕੀ ਕਰੇ ਬੇਬੋਧ। ਜੇ ਸੁਰਤ ਸ਼ਬਦ ਵਿੱਚ ਤੂੰ ਜੋੜ ਲਵੇਂ, ਧਿਆਨ ਨੂੰ ਪਰਮਾਤਮਾ ਦੇ ਨਾਮ ਵਿੱਚ ਜੋੜ ਲਵੇਂ, ਤੇ ਇਹੀ ਤਨ ਤੇ ਵਿਭੂਤ ਮੱਲੇ, ਇਹੀ ਸਵਾ ਮੱਲੇ। ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਜੇ ਤੂੰ ਖਿੰਤਾ ਪਹਿਨ ਲਵੇਂ ਮੌਤ ਦੀ, ਭਾਵ ਹਰ ਵਕਤ ਮੌਤ ਨੂੰ ਯਾਦ ਰੱਖੇ, ਬਈ ਮਰਨਾ ਹੈ ਮਰਨਾ ਹੈ। ਜਿਸ ਮਨੁੱਖ ਨੂੰ ਆਪਣਾ ਅੰਤ ਚੇਤੇ ਹੋਵੇਗਾ ਉਸੇ ਨੂੰ ਹੀ ਬੇਅੰਤ ਚੇਤੇ ਹੋਵੇਗਾ। ਅੰਤ ਭੁੱਲ ਗਿਆ ਬੇਅੰਤ ਵੀ ਭੁੱਲ ਜਾਏਗਾ, ਕਾਲ ਭੁੱਲ ਗਿਆ ਅਕਾਲ ਵੀ ਭੁੱਲ ਜਾਏਗਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਖਿੰਤਾ ਕਾਲ, ਕਿਉਂ ਜਦ ਮੌਤ ਚੇਤੇ ਆਵੇ ਤਾਂ ਮਨ ਦਾ ਖਿੰਡਾਓ ਆਪਣੇ ਆਪ ਸ਼ਾਂਤ ਹੋ ਜਾਂਦਾ ਹੈ, ਮਨ ਦੀ ਭਟਕਣਾ ਆਪਣੇ ਆਪ ਸ਼ਾਂਤ ਹੋ ਜਾਂਦੀ ਹੈ। ਕਮ ਸੇ ਕਮ ਨਾਮ ਜਪਣ ਲੱਗੇ ਹਾਂ, ਸਤਸੰਗ ਵਿੱਚ ਬੈਠੇ ਆਇਆ ਤਾਂ ਇਹ ਕਾਲ ਚਿੰਤਨ ਲਾਜ਼ਮੀ ਹੈ। ਇਹੀ ਕਾਲ ਦਾ ਚਿੰਤਨ ਅਕਾਲ ਦਾ ਚਿੰਤਨ ਬਣ ਜਾਂਦਾ ਹੈ, ਅੰਤ ਦਾ ਚਿੰਤਨ ਬੇਅੰਤ ਦਾ ਚਿੰਤਨ ਬਣ ਜਾਂਦਾ ਹੈ। ਜੇ ਤੂੰ ਮੌਤ ਨੂੰ ਯਾਦ ਰੱਖਣਾ ਇਹ ਖਿੰਤਾ ਪਾਵੇਂ, ਕੁਆਰੀ ਕਾਇਆ ਜੁਗਤ, ਜੇ ਤੇਰੀ ਜੀਵਨ ਜੁਗਤੀ ਇਹ ਹੋਵੇ, ਜਤ ਸਤ ਤੇਰਾ ਇਹ ਹੋਵੇ ਕਿ ਤੂੰ ਸਰੀਰ ਨੂੰ ਕੁਆਰਾ ਰੱਖ ਸਕੇ, ਭਾਵ ਪਵਿੱਤਰ ਰੱਖ ਸਕੇ, ਨਿਰਮਲ ਰੱਖ ਸਕੇ, ਤੇਰੀਆਂ ਅੱਖਾਂ ਗਲਤ ਵੇਖਣ ਨਾ, ਜ਼ਬਾਨ ਗਲਤ ਬੋਲੇ ਨਾ, ਕੰਨ ਗਲਤ ਸੁਣਨ ਨਾ, ਔਰ ਦਿਮਾਗ ਗਲਤ ਸੋਚੇ ਨਾ। ਇਹ ਜੋਗੀ ਤੇਰੀ ਜੀਵਨ ਜੁਗਤ ਹੋਵੇ। ਈਰਾਨੀ ਸੂਫੀ ਸੰਤ ਕਹਿੰਦੇ ਨੇ ਚਸ਼ਮੋ ਬੰਦ ਗੋਸ਼ੋ ਬੰਦ ਲੱਬਾ ਬੰਦ ਗਰਨ ਯਾਬੀ ਨੂਰੇ ਹੱਕ ਬਰਮਨ ਬਖੰਦ। ਜੇ ਤੂੰ ਗਲਤ ਵੇਖਣ ਵੱਲੋਂ ਆਪਣੀਆਂ ਅੱਖਾਂ ਬੰਦ ਕਰ ਲਵੇਂ, ਗਲਤ ਸੁਣਨ ਵੱਲੋਂ ਆਪਣੇ ਕੰਨ ਬੰਦ ਕਰ ਲਵੇਂ, ਤੇ ਗਲਤ ਬੋਲਣ ਲੱਗਿਆਂ ਜੇ ਤੂੰ ਆਪਣਾ ਮੂੰਹ ਬੰਦ ਕਰ ਲਵੇਂ ਤੇ ਫਿਰ ਵੀ ਖੁਦਾ ਪ੍ਰਗਟ ਨਾ ਹੋਵੇ। ਸ਼ੇਖ ਸਾਦੀ ਕਹਿੰਦੇ ਨੇ ਮੇਰਾ ਮਜ਼ਾਕ ਉਡਾਵੀ ਲਾਜ਼ਮੀ ਖੁਦਾ ਦੀ ਪ੍ਰਾਪਤੀ ਹੋਵੇਗੀ। ਇਸੇ ਨੂੰ ਹੀ ਭਗਤ ਸਿਰਮੌਰ ਸ਼੍ਰੀ ਕਬੀਰ ਜੀ ਮਹਾਰਾਜ ਫਰਮਾਨ ਕਰਦੇ ਨੇ ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ। ਅਸੀਂ ਇੰਦਰੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਤੇ ਦਸਮ ਦੁਆਰ ਖੁੱਲ ਗਿਆ, ਅਨਹਦ ਦੇ ਵਾਜੇ ਵੱਜਣ ਲੱਗ ਪਏ ਨੇ। ਇੰਦਰੀਆਂ ਦੇ ਦਰਵਾਜ਼ੇ ਬਾਹਰ ਦੀ ਤਰਫ ਖੁੱਲਦੇ ਨੇ, ਔਰ ਇਹਨੇ ਇੰਦਰੀਆਂ ਦੇ ਰਾਹੀਂ ਧਿਆਨ ਬਾਹਰ ਜਾਂਦਾ ਹੈ, ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਨਾਸਕਾਂ ਦੇ ਰਾਹੀਂ, ਖਲੜੀ ਦੇ ਰਾਹੀਂ, ਰਸਨਾ ਦੇ ਰਾਹੀਂ ਧਿਆਨ ਬਾਹਰ ਜਾਂਦਾ ਹੈ। ਕਮ ਸੇ ਕਮ ਨਾਮ ਅਭਿਆਸ ਸਮੇਂ
ਅਗਰ ਇਹਨਾਂ ਦਰਵਾਜ਼ਿਆਂ ਨੂੰ ਬੰਦ ਕਰ ਦਈਏ, ਬੰਦ ਕਰਨ ਤੋਂ ਮੁਰਾਦ ਹੁਣ ਨਾ ਬਾਹਰ ਵੇਖੀਏ, ਨਾ ਸੁਣੀਏ, ਨਾ ਬੋਲੀਏ, ਤੇ ਧਿਆਨ ਨੂੰ ਅੰਤਰਮੁਖੀ ਕਰੀਏ, ਧਿਆਨ ਨੂੰ ਆਪਣੇ ਅੰਦਰ ਵਿੱਚ ਲੈ ਜਾਈਏ। ਅਗਰ ਐਸਾ ਕਰੀਏ ਤਾਂ ਇਸ ਦੇ ਨਾਲ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਅੰਦਰ ਵਸਿਆ ਹੋਇਆ। ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਉਸ ਧਿਆਨ ਨੂੰ ਪੂਰਨ ਤੌਰ ਤੇ ਅੰਦਰ ਲੈ ਜਾਣ ਦਾ ਵਸੀਲਾ ਸਤਿਗੁਰ ਨੇ ਸਾਨੂੰ ਦੱਸਿਆ ਹੈ, ਜ਼ਬਾਨ ਨਾਲ ਜਪ ਵਾਹਿਗੁਰੂ ਵਾਹਿਗੁਰੂ, ਔਰ ਇਸੇ ਨੂੰ ਧਿਆਨ ਪੂਰਵਕ ਸੁਣ। ਧਿਆਨ ਨੂੰ ਅੰਦਰ ਲੈ ਜਾਣ ਦਾ ਇਸ ਨੂੰ ਸੁਣ ਕੇ ਹੀ ਵਸੀਲਾ ਬਣਾ। ਭਾਵ ਜ਼ਬਾਨ ਸੁਣੇ ਤੇ ਕੰਨ, ਕੰਨ ਸੁਣਨ ਤੇ ਜ਼ਬਾਨ ਬੋਲੇ। ਬਸ ਇਸ ਤਰੀਕੇ ਨਾਲ ਜੈਸੇ ਜੈਸੇ ਤੇਰਾ ਧਿਆਨ ਤੇ ਸ਼ਬਦ ਅੰਦਰ ਜਾਵੇਗਾ, ਅੰਦਰੋਂ ਦੁੱਖ ਤੇ ਪਾਪ ਬਾਹਰ ਨਿਕਲਣਗੇ। ਜੇ ਕਿਧਰੇ ਇਹ ਤੂੰ ਧਿਆਨ ਦੀ ਵਿਭੂਤੀ ਲਾਵੇਂ, ਕਾਲ ਦੀ ਖਿੰਤਾ ਪਾ ਲਵੇਂ, ਤੇ ਸਰੀਰ ਨੂੰ ਕੋਰਾ ਰੱਖਣਾ, ਪਵਿੱਤਰ ਰੱਖਣਾ, ਇਹ ਤੇਰੀ ਕਿਧਰੇ ਜੀਵਨ ਜੁਗਤੀ ਬਣ ਜਾਏ। ਡੰਡਾ ਪ੍ਰਤੀਤ ਸ਼ਰਧਾ ਭਰੋਸਾ ਇਹ ਤੇਰੇ ਕੋਲ ਡੰਡਾ ਹੋਵੇ। ਜੋਗੀ ਆਪਣੇ ਹੱਥ ਵਿੱਚ ਇੱਕ ਡੰਡਾ ਵੀ ਰੱਖਦਾ ਹੈ, ਜੰਗਲ ਦੇ ਜਾਣਾ ਔਰ ਕਸਬਿਆਂ ਦੇ ਜਾਣਾ, ਕੁੱਤੇ ਬਘਿਆੜ ਹੋਰ ਜੰਗਲੀ ਜਾਨਵਰਾਂ ਤੋਂ ਬਚਾਓ ਲਈ ਉਹ ਹੱਥ ਵਿੱਚ ਡੰਡਾ ਰੱਖਦਾ ਹੈ। ਪਰ ਪ੍ਰਭੂ ਦੇ ਭਰੋਸੇ ਦਾ, ਪ੍ਰਭੂ ਦੇ ਵਿਸ਼ਵਾਸ ਦਾ ਡੰਡਾ ਹੋਵੇ। ਕੋਈ ਵਿਕਾਰ ਰੂਪੀ ਬਘਿਆੜ, ਕੋਈ ਲੋਭ ਰੂਪੀ ਕੁੱਤਾ ਕੱਟਣ ਨੂੰ ਨਹੀਂ ਆਉਂਦਾ। ਦਰਅਸਲ ਸਾਰੀਆਂ ਇਹ ਪਸ਼ੂ ਬਿਰਤੀਆਂ ਹੀ ਨੇ, ਲੋਭ ਕੁੱਤਾ ਹੈ। ਔਰ ਇਸੇ ਤਰੀਕੇ ਦੇ ਨਾਲ ਕਿਸੇ ਨੂੰ ਠੱਗਣਾ, ਲੋਭ ਵਸ ਹੋ ਕੇ, ਇਹ ਤੇ ਮੁਰਦਾਰ ਖਾਣਾ ਹੈ, ਇਹ ਤੇ ਹਰਾਮ ਖਾਣਾ ਹੈ। ਪਰ ਜੇ ਕਿਧਰੇ ਰੱਬੀ ਵਿਸ਼ਵਾਸ ਦਾ, ਸ਼ਰਧਾ ਦਾ ਡੰਡਾ ਹੱਥ ਵਿੱਚ ਹੋਵੇ ਤਾਂ ਲੋਭ ਰੂਪੀ ਕੁੱਤਾ ਵੱਢਦਾ ਨਹੀਂ, ਬਗਿਆੜ ਰੂਪੀ ਹਿੰਸਾ ਬਿਰਤੀਆਂ ਉਜਾਗਰ ਨਹੀਂ ਆਉਂਦੀਆਂ ਹਨ। ਇਸ ਤਰੀਕੇ ਨਾਲ ਡੰਡਾ ਇਹ ਜੋਗੀ ਤੇਰੇ ਕੋਲ ਹੋਵੇ, ਪ੍ਰਤੀਤ ਦਾ, ਭਰੋਸੇ ਦਾ, ਸ਼ਰਧਾ ਦਾ, ਯਕੀਨ ਦਾ। ਆਈ ਪੰਥੀ ਸਗਲ ਜਮਾਤੀ ਮਨ ਜੀਤ ਹੈ ਜਗ ਜੀਤ। ਜੋਗੀਆਂ ਵਿੱਚ ਇੱਕ ਪੰਥ ਹੈ, ਆਈ ਉਨ ਜੋਗੀਆਂ ਦੇ 12 ਪੰਥ ਨੇ, ਪਰ ਆਈ ਪੰਥ ਸਿਰਮੌਰ ਪੰਥ ਹੈ, ਮਹਾਨ ਪੰਥ ਹੈ, ਜੋ ਕਿਸੇ ਹੱਦ ਤੱਕ ਸਾਰੇ ਦੇ ਸਾਰੇ ਜੋਗੀਆਂ ਦੇ 12 ਪੰਥਾਂ ਨੂੰ ਮੰਨਦਾ ਹੈ। ਮਹਾਰਾਜ ਕਹਿੰਦੇ ਨੇ, ਇਹ ਜੋਗੀ ਜੇ ਤੇਰੇ ਕਿਧਰੇ ਆਈ ਪੰਥ ਐਸਾ ਹੋਵੇ, ਕੈਸਾ, ਸਗਲ ਜਮਾਤੀ, ਸੰਸਾਰ ਦੇ ਸਾਰੀਆਂ ਹੀ ਧਾਰਮਿਕ ਜਮਾਤਾਂ ਨੂੰ ਮੰਨਣਾ, ਉਹਨਾਂ ਦੇ ਨਾਲ ਚੱਲਣਾ ਤੇ ਉਹਨਾਂ ਨੂੰ ਨਾਲ ਚਲਾਉਣਾ, ਜੇ ਕਿਧਰੇ ਇਹ ਤੇਰਾ ਆਈ ਪੰਥ ਹੋਵੇ। ਆਸਾ ਰਾਗ ਵਿੱਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦਾ ਜ਼ਿਕਰ ਕੀਤਾ ਹੈ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ। ਜਗਤ ਦੇ ਜਿਤਨੇ ਭੇਖ ਨੇ, ਵਰਨ ਨੇ, ਧਰਮ ਨੇ,
ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਭ ਆਪਣੇ ਨੇ, ਮੈਂ ਇਹਨਾਂ ਦੇ ਨਾਲ ਚੱਲਦਾ, ਇਹ ਮੇਰੇ ਨਾਲ ਚੱਲਦੇ ਨੇ, ਬਸ ਇਹੀ ਮੇਰਾ ਧਰਮ ਹੈ, ਸਭ ਦੇ ਨਾਲ ਚੱਲਣਾ ਔਰ ਸਭ ਨੂੰ ਨਾਲ ਚਲਾਉਣਾ, ਬਸ ਇਹੀ ਨਾਨਕ ਦਾ ਆਈ ਪੰਥ ਹੈ। ਇਹ ਜੋਗੀ ਜੇ ਕਿਧਰੇ ਤੇਰਾ ਇਹ ਆਈ ਪੰਥ ਹੋਵੇ, ਆਈ ਪੰਥੀ ਸਗਲ ਜਮਾਤੀ, ਸੰਸਾਰ ਵਿੱਚ ਜਿਤਨੀਆਂ ਧਰਮ ਦੀਆਂ ਜਮਾਤਾਂ ਨੇ, ਪਰਮਾਤਮਾ ਨੂੰ ਮੰਨਣ ਵਾਲੀਆਂ, ਪਰਮਾਤਮਾ ਦੇ ਮਾਰਗ ਤੇ ਚੱਲਣ ਵਾਲੀਆਂ, ਜੇ ਕਿਧਰੇ ਸਾਰਿਆਂ ਨੂੰ ਮੰਨਣਾ ਤੇ ਸਾਰਿਆਂ ਦੇ ਪ੍ਰਤੀ ਸ਼ਰਧਾ ਰੱਖਣੀ ਤੇ ਸਾਰਿਆਂ ਦੇ ਪ੍ਰਤੀ ਆਦਰ ਭਾਵ ਸਨਮਾਨ ਰੱਖਣਾ, ਜੇ ਤੇਰਾ ਆਈ ਪੰਥ ਹੋਵੇ, ਮਨ ਜੀਤ ਜਗ ਜੀਤ, ਤੇ ਮਨ ਨੂੰ ਜਿੱਤ ਲੈਣਾ ਹੀ ਤੇਰੇ ਲਈ ਜਗਤ ਦੀ ਜਿੱਤ ਹੋਵੇ। ਜਗਤ ਦੀ ਜਿੱਤ, ਜਗਤ ਦੀ ਜਿੱਤ ਨਹੀਂ, ਮਨ ਦੀ ਜਿੱਤ ਹੀ ਜਗਤ ਦੀ ਜਿੱਤ ਹੈ। ਬੜੇ ਬੜੇ ਵਿਜੇਤਾ ਸੰਸਾਰ ਦੇ ਆਪਣੇ ਮਨ ਦੇ ਹੱਥੋਂ ਹਾਰ ਖਾਂਦੇ ਦੇਖੇ ਗਏ ਨੇ। ਇਸ ਵਾਸਤੇ ਸਾਹਿਬ ਕਹਿੰਦੇ ਨੇ ਜੇ ਕਿਧਰੇ ਮਨ ਨੂੰ ਜਿੱਤਣਾ, ਤੇਰੇ ਲਈ ਜਗਤ ਦੀ ਜਿੱਤ ਹੋਵੇ, ਤੇ ਤੂੰ ਸਜਦਾ ਕਿਸ ਨੂੰ ਕਰੇ, ਨਮਸਕਾਰ ਕਿਸ ਨੂੰ ਕਰੇ, ਪ੍ਰਣਾਮ ਕਿਸ ਨੂੰ ਕਰੇ, ਆਦੇਸ਼ ਤਿਸੇ ਆਦੇਸ਼, ਪ੍ਰਣਾਮ ਹੈ ਉਸਨੂੰ, ਪ੍ਰਣਾਮ ਹੈ ਉਸਨੂੰ, ਕਿਸ ਨੂੰ, ਇਹ ਜੋਗੀ ਉਸਨੂੰ, ਆਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ, ਜੋ ਸੰਸਾਰ ਦਾ ਆਦ ਹੈ, ਮੁੱਢ ਹੈ, ਜੋ ਅਨੀਲ ਧਬਿਆਂ ਤੋਂ ਰਹਿਤ ਹੈ, ਸ਼ੁੱਧ ਹੈ, ਅਨਾਦ ਅਨਾਹਤ, ਜਿਸ ਨੂੰ ਨਾਸ ਨਹੀਂ ਕੀਤਾ ਜਾ ਸਕਦਾ, ਜੋ ਅਨਾਦੀ ਹੈ, ਜੋ ਸਭ ਦਾ ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜੁਗ ਜੁਗ ਏਕੋ ਵੇਸ, ਤੇ ਜੁਗ ਜੁਗ ਵਿੱਚ ਹਰ ਸਮੇਂ ਜਿਸਦਾ ਇੱਕੋ ਹੀ ਰਸ ਹੈ, ਇੱਕੋ ਹੀ ਰੰਗ ਹੈ, ਨਿਹਚਲ ਹੈ, ਟਿਕਿਆ ਹੋਇਆ ਹੈ, ਜੇ ਕਿਤੇ ਤੂੰ ਉਸਨੂੰ ਨਮਸਕਾਰ ਕਰੇ, ਸਜਦਾ ਕਰੇ, ਇਹ ਜੋਗੀ ਸਾਰੀ ਕਾਇਨਾਤ ਤੈਨੂੰ ਸਜਦਾ ਕਰੇਗੀ, ਤੂੰ ਮਹਾਨ ਹੋ ਜਾਏਗਾ, ਐਸਾ ਤੂੰ ਜੋਗੀ ਬਣ। ਜੋਗੀਆਂ ਦੀ ਦੂਸਰੀ ਸਾਧਨਾ ਦਾ ਇਸ ਪੌੜੀ ਦੀ ਸਾਹਿਬ ਜ਼ਿਕਰ ਕਰਦੇ ਨੇ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾਸਾਦ, ਸੰਜੋਗ ਮੇ ਜੋਗ ਦੋਏ ਕਾਰ ਚਲਾਵੇ, ਲਿਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜੋਗੀ ਬਾਹਰੋਂ ਪਿੰਡਾਂ ਵਿੱਚ ਘਰ ਘਰ ਚੋਂ ਭਿਕਸ਼ਾ ਲਿਆ ਕੇ ਫਿਰ ਉਸਦੀ ਭੁਗਤ ਬਣਾਉਂਦਾ ਹੈ, ਭੋਜਨ ਬਣਾਉਂਦਾ ਹੈ, ਫਿਰ ਉਸਨੂੰ ਵੰਡਿਆ ਜਾਂਦਾ ਹੈ, ਔਰ ਵੰਡਣ ਤੋਂ ਪਹਿਲੇ ਸਿੰਘੀ ਵਜਾਉਂਦੇ ਨੇ, ਨਾਦ ਵਜਾਉਂਦੇ ਨੇ, ਔਰ ਪੰਗਤਾਂ ਲੱਗ ਜਾਂਦੀਆਂ ਨੇ, ਫਿਰ ਉਹ ਉਸ ਭੋਜਨ ਨੂੰ ਵੰਡਦੇ ਨੇ,
ਜਿਸ ਨੂੰ ਉਹ ਚੂਰਮਾ ਕਰਕੇ ਕਹਿੰਦੇ ਨੇ। ਭਾਵ ਘਿਓ ਦੇ ਵਿੱਚ ਬੁਨਿਆ ਹੋਇਆ ਆਟਾ, ਉਹਦੇ ਵਿੱਚ ਪਾਇਆ ਹੋਇਆ ਮਿੱਠਾ, ਐਸੀ ਉਹ ਜੋ ਭੁਗਤ ਬਣਾਉਂਦੇ ਨੇ। ਮਹਾਰਾਜ ਉਸਦਾ ਇਸ ਢੰਗ ਨਾਲ ਜ਼ਿਕਰ ਕਰਦੇ ਨੇ, ਭੁਗਤ ਗਿਆਨ। ਜੇ ਭੁਗਤ, ਜੇ ਭੋਜਨ, ਇਹ ਜੋਗੀ ਤੇਰਾ ਗਿਆਨ ਬਣ ਜਾਏ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇਆ ਜਲ ਕਮਲ ਰਹਿਤ। ਦਰਅਸਲ ਹੁਣ ਤੇ ਮਨੋਵਿਗਿਆਨਕ ਵੀ ਐਸਾ ਕਹਿਣ ਲੱਗ ਪਏ ਨੇ ਕਿ ਅੰਤਰ ਤੌਰ ਤੇ ਜੋ ਦੁਖੀ ਮਨੁੱਖ ਹੈ, ਜਿਸ ਦੇ ਅੰਦਰ ਬਹੁਤ ਵੱਡਾ ਖਲਾਅ ਹੈ, ਉਹ ਬਹੁਤ ਖਾਂਦਾ ਹੈ, ਬਹੁਤ ਖਾਂਦਾ ਹੈ, ਖਾਈ ਜਾਂਦਾ ਹੈ। ਸਿਰਫ ਭੋਜਨ ਨਾਲ ਆਪਣੇ ਆਪ ਨੂੰ ਭਰਨਾ ਹੀ ਉਹ ਜਾਣਦਾ ਹੈ, ਬਾਕੀ ਉਸਨੂੰ ਕੁਛ ਵੀ ਨਹੀਂ ਪਤਾ। ਸਿਰਮੌਰ ਤੇ ਸਭ ਤੋਂ ਵੱਡਾ ਰਸ ਇਹ ਜ਼ਿੰਦਗੀ ਵਿੱਚ ਭੋਜਨ, ਭੋਜਨ। ਪਰ ਜੇ ਕਿਧਰੇ ਪਰਮਾਤਮਾ ਦੇ ਨਾਮ ਦਾ ਤੇ ਗਿਆਨ ਦਾ ਭੋਜਨ ਬਣ ਜਾਏ, ਗਿਆਨ ਇੱਕ ਰਸ ਹੈ, ਗਿਆਨ ਇੱਕ ਖੁਸ਼ੀ ਹੈ, ਗਿਆਨ ਇੱਕ ਆਨੰਦ ਹੈ। ਜਿੱਥੇ ਦੁੱਖ ਦੇ ਵਿੱਚ ਬੈਰੂਨੀ ਭੋਜਨ ਮਨੁੱਖ ਜ਼ਿਆਦਾ ਖਾਂਦਾ ਹੈ, ਜ਼ਿਆਦਾ ਖਾਂਦਾ ਹੈ, ਉੱਥੇ ਕਿਧਰੇ ਪ੍ਰਸੰਨ ਚਿੱਤ ਹੋਵੇ, ਬਹੁਤ ਵੱਡੀ ਖੁਸ਼ੀ ਦੇ ਵਿੱਚ ਹੋਵੇ, ਘੱਟ ਖਾਂਦਾ ਹੈ। ਔਰ ਇਹ ਬੈਰੂਨੀ ਭੁੱਖ ਮਿੱਠ ਵੀ ਜਾਂਦੀ ਹੈ ਔਰ ਖੁਸ਼ੀ ਉਸਨੂੰ ਕਮਜ਼ੋਰ ਨਹੀਂ ਹੋਣ ਦਿੰਦੀ, ਨਿਢਾਲ ਨਹੀਂ ਹੋਣ ਦਿੰਦੀ, ਖੁਸ਼ੀ ਉਸਨੂੰ ਸਵਸਥ ਬਣਾਈ ਰੱਖਦੀ ਹੈ, ਤੰਦਰੁਸਤ ਬਣਾਈ ਰੱਖਦੀ ਹੈ। ਇੱਥੇ ਇੱਕ ਆਮ ਉਦਾਹਰਣ ਨਾਲ ਵੀ ਸਮਝਿਆ ਜਾ ਸਕਦਾ ਹੈ। ਘਰ ਵਿੱਚ ਇੱਕ ਲੋਤੇ ਲੜਕੇ ਦੀ ਸ਼ਾਦੀ ਹੈ, ਮਾਂ ਦੇ ਕਦਮ ਜ਼ਮੀਨ ਤੇ ਨਹੀਂ ਟਿਕਦੇ, ਬਹੁਤ ਖੁਸ਼ ਹੈ, ਬਹੁਤ ਖੁਸ਼ ਹੈ, ਬਹੁਤ ਪ੍ਰਸੰਨ ਹੈ। ਤਰ੍ਹਾਂ ਤਰ੍ਹਾਂ ਦੇ ਘਰ ਵਿੱਚ ਪਕਵਾਨ ਬਣੇ ਨੇ, ਸਾਰੇ ਮਹਿਮਾਨ ਖਾ ਰਹੇ ਨੇ। ਸਹੇਲੀਆਂ ਮਾਂ ਨੂੰ ਕਹਿੰਦੀਆਂ ਨੇ, ਆ ਤੂੰ ਵੀ ਬੈਠ, ਖਾ ਲੈ। ਕਹਿੰਦੀ, ਮੈਨੂੰ ਭੁੱਖ ਨਹੀਂ ਹੈ। ਖੁਸ਼ੀ ਨੇ ਭੁੱਖ ਨੂੰ ਬਾਹਰ ਕੱਢ ਦਿੱਤਾ। ਇਹ ਵਕਤੀ ਖੁਸ਼ੀ ਜਿਸ ਨੇ ਭੋਜਨ ਦੀ ਭੁੱਖ ਨੂੰ ਘਟਾ ਦਿੱਤਾ ਹੈ, ਖੁਸ਼ੀ ਸਵੈਮ ਭੋਜਨ ਬਣ ਗਈ ਹੈ, ਖੁਸ਼ੀ ਸਵੈਮ ਰਸ ਬਣ ਗਈ ਹੈ, ਖੁਸ਼ੀ ਸਵੈਮ ਤਾਕਤ ਬਣ ਗਈ ਹੈ। ਅਗਰ ਮਨੁੱਖ ਦੁਖੀ ਹੋਵੇ, ਬੇਚੈਨ ਹੋਵੇ, ਪਰੇਸ਼ਾਨ ਹੋਵੇ, ਪੌਸ਼ਟਿਕ ਭੋਜਨ ਖਾਂਦੇ ਹੋਇਆਂ ਵੀ ਅੰਦਰੋਂ ਖੋਖਲਾ ਹੋਵੇਗਾ। ਇਸਦਾ ਉਦਾਹਰਣ ਮੇਰੇ ਪਾਤਸ਼ਾਹ ਨੇ ਇੰਜ ਦਿੱਤਾ ਹੈ, ਆਜਾ ਭੁਗੰਤੇ ਕੰਦ ਮੂਲੰ ਬਸੰਤੇ ਸਮੀਪ ਕੇ ਹਰੇ। ਤਰ੍ਹਾਂ ਤਰ੍ਹਾਂ ਦੀ ਪੌਸ਼ਟਿਕ ਗਿਜ਼ਾ ਬੱਕਰੇ ਨੂੰ ਖਿਲਾ ਦਈਏ ਤੇ ਬੰਨ ਦਈਏ ਉਹਨੂੰ ਸ਼ੇਰ ਦੇ ਕੋਲੋਂ, ਖਾਧਾ ਪੀਤਾ ਸਾਰਾ ਉਸਦਾ ਨਿਕਲ ਜਾਂਦਾ ਹੈ। ਅਜਾ ਭੁਗੰਤੇ ਕੰਦ ਮੂਲੰ ਬਸੰਤੇ ਸਮੀਪ ਕੇ ਹਰੇ, ਤੱਤਰ ਗਤੇ ਸੰਸਾਰੇ ਨਾਨਕ ਹਰਖ ਸੋਕ ਵਿਆਪਕੰ। ਇਹੀ ਸੰਸਾਰ ਦੀ ਗਤੀ ਹੈ। ਕਿਤਨੀ ਵੀ ਖੁਸ਼ੀ ਕਿਉਂ ਨਾ ਹੋਵੇ, ਗਮ ਦੀ ਚਿੰਤਾ ਬਣੀ ਰਹਿੰਦੀ ਹੈ। ਕਿਤਨੀ ਵੀ ਇੱਜ਼ਤ ਕਿਉਂ ਨਾ ਹੋਵੇ, ਬੇਇੱਜ਼ਤੀ ਦੀ ਚਿੰਤਾ ਬਣੀ ਰਹਿੰਦੀ ਹੈ। ਕਿਤਨਾ ਹੀ ਨਫ਼ਾ ਕਿਉਂ ਨਾ ਹੋ ਰਿਹਾ ਹੋਵੇ, ਨੁਕਸਾਨ ਦੀ ਚਿੰਤਾ ਬਣੀ ਰਹਿੰਦੀ ਹੈ। ਇਹ ਪੌਸ਼ਟਿਕ ਖਿਜ਼ਾ ਖਾ ਕੇ ਬੱਕਰੇ ਨੂੰ ਸ਼ੇਰ ਦੇ ਅੱਗੋਂ ਬੰਨਣ ਵਾਲੀ ਜੋ ਹੈ ਗੱਲ ਹੈ। ਪਰ ਜੇ ਕਿਧਰੇ ਪ੍ਰਭੂ ਦੇ ਨਾਮ ਦਾ ਰਸ ਤੇ ਖੁਸ਼ੀ ਪ੍ਰਾਪਤ ਹੋਵੇ, ਇਹ ਖੁਸ਼ੀ ਐਸੀ ਹੈ, ਜਾਣ ਦੀ ਚਿੰਤਾ ਨਹੀਂ,
ਔਰ ਇਹ ਖੁਸ਼ੀ ਐਸੀ ਹੈ ਜੋ ਭੋਜਨ ਦਾ ਕੰਮ ਕਰਦੀ ਹੈ, ਸਰੀਰ ਨੂੰ ਨਿਢਾਲ ਨਹੀਂ ਹੋਣ ਦਿੰਦੀ, ਕਮਜ਼ੋਰ ਨਹੀਂ ਹੋਣ ਦਿੰਦੀ। ਪੜ੍ਹਦੇ ਹਾਂ ਸੁਣਦੇ ਹਾਂ ਵੀ ਫਲਾਣਾ ਸੰਤ 20 ਦਿਨ ਸਮਾਧੀ ਵਿੱਚ ਰਿਹਾ, ਮਹੀਨਾ ਸਮਾਧੀ ਵਿੱਚ ਰਿਹਾ, ਫਲਾਣਾ ਯੋਗੀ 6-6 ਮਹੀਨੇ ਸਮਾਧੀ ਵਿੱਚ ਰਹੇ। ਨਾ ਸਰੀਰ ਦਾ ਵਜ਼ਨ ਘਟਿਆ, ਨਾ ਉਹ ਕਮਜ਼ੋਰ ਹੋਏ, ਨਾ ਉਹ ਨਿਢਾਲ ਹੋਏ। ਕਾਰਨ ਕੀ? ਸਮਾਧੀ ਅਵਸਥਾ ਵਿੱਚ ਜੋ ਪਰਮ ਆਨੰਦ ਬਣਦਾ ਹੈ, ਬਸ ਉਹ ਆਨੰਦ ਹੀ ਭੋਜਨ ਬਣ ਗਿਆ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇਆ ਜਲ ਕਮਲ ਰਹਿਤੇ। ਇਹ ਜੋਗੀ ਜੇ ਪ੍ਰਭੂ ਦੇ ਗਿਆਨ ਦਾ ਤੂੰ ਕਿਧਰੇ ਭੋਜਨ ਬਣਾ ਲਵੇਂ ਤੇ ਦਇਆ ਨੂੰ ਭੰਡਾਰਨ ਬਣਾਵੇਂ, ਉਸ ਭੋਜਨ ਨੂੰ ਵੰਡਣ ਵਾਸਤੇ ਦਇਆ ਭਾਵ ਜੋ ਤੂੰ ਜਾਣੇ ਹੈ ਦੂਜਿਆਂ ਨੂੰ ਜਣਾਉਣ ਦੀ ਕੋਸ਼ਿਸ਼ ਕਰ, ਜੋ ਕਰਕੇ ਤੈਨੂੰ ਆਨੰਦ ਮਿਲਿਆ ਦੂਸਰਿਆਂ ਨੂੰ ਵੀ ਮਿਲ ਸਕੇ। ਤੂੰ ਇਸ ਤਰ੍ਹਾਂ ਦਾ ਉਦਮ ਉਪਰਾਲਾ ਕਰ, ਆਪ ਜਪੇ ਅਵਰੇ ਨਾਮ ਜਪਾਵੇ। ਪਰ ਇਹ ਤਾਂ ਹੋ ਸਕਦਾ ਹੈ ਜੇ ਅੰਦਰ ਦਇਆ ਹੋਵੇ, ਜੇ ਕਿਧਰੇ ਭੰਡਾਰਨ ਭੰਡਾਰੇ ਨੂੰ ਵੰਡਣ ਵਾਲਾ ਉਹ ਜੋ ਗਿਆਨ ਦਾ ਭੰਡਾਰਾ ਪ੍ਰਾਪਤ ਹੋਇਆ, ਉਹ ਜੋ ਭੋਜਨ ਪ੍ਰਾਪਤ ਹੋਇਆ, ਜੇ ਕਿਧਰੇ ਦਇਆ ਹੋਵੇ ਤਾਂ ਫਿਰ ਮਨੁੱਖ ਵੰਡਦਾ ਹੈ। ਨੌ ਖੰਡ ਪ੍ਰਿਥਵੀ ਵਿੱਚ ਧਨ ਗੁਰੂ ਨਾਨਕ ਭਰਮਣ ਕਰਦੇ ਰਹੇ, ਜੋ ਭੰਡਾਰਾ ਉਹਨਾਂ ਨੂੰ ਪ੍ਰਾਪਤ ਹੋਇਆ ਉਹਨੂੰ ਹੀ ਵੰਡਦੇ ਰਹੇ। ਦਰਅਸਲ ਜੈਸੇ ਜੈਸੇ ਦੁਨਿਆਵੀ ਦੌਲਤ ਮਿਲਦੀ ਹੈ ਮਨੁੱਖ ਸ਼ੋਮ ਆਉਂਦਾ ਹੈ, ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਜੈਸੇ ਜੈਸੇ ਰੱਬੀ ਸਰੂਰ ਰੱਬੀ ਆਨੰਦ ਦੈਵੀ ਗੁਣ ਪ੍ਰਾਪਤ ਹੁੰਦੇ ਨੇ, ਮਨੁੱਖ ਵੰਡਣ ਲਈ ਲਲਚਾਏਮਾਨ ਹੋ ਜਾਂਦਾ ਹੈ। ਵੰਡ ਕੇ ਉਸਨੂੰ ਖੁਸ਼ੀ ਮਿਲਦੀ ਹੈ, ਵੰਡਣਾ ਉਸਦਾ ਸੁਭਾਅ ਬਣ ਜਾਂਦਾ ਹੈ। ਸੰਸਾਰ ਦੀ ਕੋਈ ਵੀ ਦੌਲਤ ਵੰਡੀਏ ਘਟਦੀ ਹੈ, ਪਰ ਪਰਮਾਤਮਾ ਦਾ ਨਾਮ ਤੇ ਗਿਆਨ ਜਿਤਨਾ ਵੰਡੀਏ ਉਤਨਾ ਹੀ ਵੱਧਦਾ ਹੈ, ਉਤਨਾ ਹੀ ਵੱਧਦਾ ਹੈ। ਜੇ ਦਇਆ ਕਿਧਰੇ ਭੰਡਾਰਨ ਹੋਵੇ, ਘਟ ਘਟ ਵਾਜੇ ਨਾਦ, ਉਹ ਜੋਗੀ ਜੋ ਤੂੰ ਸਿੰਘੀ ਵਜਾਉਂਦਾ ਹੈ, ਇਹ ਨਾਦ ਉਹ ਹੋ ਜਾਵੇ ਜਿਹੜਾ ਘਟ ਘਟ ਵਿੱਚ ਵੱਜ ਰਿਹਾ ਹੈ, ਉਹ ਅਨਾਹਦ ਨਾਦ ਜੋ ਸਾਰਿਆਂ ਵਿੱਚ ਵੱਜ ਰਿਹਾ ਹੈ, ਕਿਧਰੇ ਉਹੀ ਨਾਦ ਤੂੰ ਉਸਦਾ ਸਰੋਤਾ ਬਣ ਜਾਏ, ਉਸਨੂੰ ਸੁਣਨ ਵਾਲਾ ਬਣ ਜਾਏ, ਉਸ ਨਾਦ ਨੂੰ ਜੋ ਅਨਾਹਦ ਦੀ ਧੁਨ ਬ੍ਰਹਿਮੰਡ ਵਿੱਚ ਵਿਆਪਕ ਹੈ ਔਰ ਤੇਰੇ ਵਿੱਚ ਵੀ ਚੱਲ ਰਹੀ ਹੈ, ਜੇ ਕਿਧਰੇ ਤੂੰ ਉਸਦਾ ਸਰੋਤਾ ਬਣ ਜਾਏ, ਉਸਨੂੰ ਸੁਣਨ ਵਾਲਾ ਬਣ ਜਾਏ। ਆਪ ਨਾਥ ਨਾਥੀ ਸਭ ਜਾਗੀ, ਜੋਗੀਆਂ ਵਿੱਚ ਇੱਕ ਨਾਥ ਹੁੰਦਾ ਹੈ ਜਿਸ ਨੂੰ ਉਹ ਮੰਡਲੇਸ਼ਵਰ ਕਹਿੰਦੇ ਨੇ, ਸਾਰੇ ਉਸਦੇ ਪਿੱਛੇ ਚੱਲਦੇ ਨੇ। ਨਾਥ ਉਹ ਪਰਿਪੂਰਨ ਪਰਮਾਤਮਾ ਆਪ ਹੈ ਜਿਸ ਦਾ ਨਥੇ ਹੋਇਆ ਇਹ ਸਾਰਾ ਸੰਸਾਰ ਹੈ, ਸਭ ਉਸਦੇ ਨਥੇ ਹੋਏ ਨੇ। ਜੇ ਇਸ ਤਰ੍ਹਾਂ ਤੇਰਾ ਨਾਥ ਹੋਵੇ, ਰਿਧ ਸਿੱਧ ਅਵਰਾ ਸਾਧ, ਇਹ ਜਿਹੜੀਆਂ ਰਿਧੀਆਂ ਸਿੱਧੀਆਂ ਨੇ ਜਿਨ੍ਹਾਂ ਦੀ ਖਾਤਰ ਤੂੰ ਪ੍ਰਾਣਾ ਯਮ ਕਰਦਾ ਹੈ, ਯੋਗ ਸਾਧਨਾ ਕਰਦਾ ਹੈ, ਧੋਣੇ ਤਪਾਉਂਦਾ ਹੈ, ਜਲਧਾਰਾ ਕਰਦਾ ਹੈ, ਇਹ ਰਿਧੀਆਂ ਸਿੱਧੀਆਂ ਦਾ ਰਸ ਤੇ ਕਿਸੇ ਹੋਰ ਪਾਸੇ ਲੈ ਜਾਂਦਾ ਹੈ, ਪਰਮਾਤਮਾ ਤੋਂ ਉਲਟ ਲੈ ਜਾਂਦਾ ਹੈ, ਉਲਟੀ ਦਿਸ਼ਾ ਵਿੱਚ ਲੈ ਜਾਂਦਾ ਹੈ, ਹੰਕਾਰੀ ਬਣਾ ਦਿੰਦਾ ਹੈ, ਵਿਕਾਰੀ ਬਣਾ ਦਿੰਦਾ ਹੈ। ਲਿਆਜ਼ਾ ਰਿਧ ਸਿੱਧ ਅਵਰਾ ਸਾਧ, ਇਹ ਹੋਰ ਸਾਧ ਹੈ, ਇਹ ਰੱਬੀ ਨਾਮ ਦਾ ਰਸ ਨਹੀਂ ਹੈ, ਇਹ ਤੇ ਹੋਰ ਪਾਸੇ ਲੈ ਜਾਣ ਵਾਲੀਆਂ ਰਿਧੀਆਂ ਤੇ ਸਿੱਧੀਆਂ ਨੇ। ਜੇ ਕਿਧਰੇ ਤੂੰ ਐਸਾ ਸਮਝੇ, ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖੇ ਆਵੇ ਬਾਗ, ਉਹ ਜੋ ਪਰਿਪੂਰਨ ਪਰਮਾਤਮਾ ਹੈ
ਸੰਸਾਰ ਦੀ ਕਾਰ ਸੰਜੋਗ ਤੇ ਵਿਜੋਗ ਨਾਲ ਚਲਾਉਂਦਾ ਹੈ। ਧੀਆਂ ਪੁੱਤਰਾਂ ਦਾ ਮਿਲਣਾ ਵਿਛੜਨਾ, ਪਰਿਵਾਰ ਦਾ ਮਿਲਣਾ ਵਿਛੜਨਾ, ਧਨ ਸੰਪਦਾ ਦਾ ਮਿਲਣਾ ਤੇ ਵਿਛੜਨਾ, ਇਹ ਉਸ ਪਰਿਪੂਰਨ ਪਰਮਾਤਮਾ ਦੀ ਚੱਲ ਰਹੀ ਕਾਰ ਹੈ। ਔਰ ਭਾਗ ਦੇ ਮੁਤਾਬਕ ਸੰਜੋਗ ਹੁੰਦੇ ਨੇ, ਭਾਗਾਂ ਦੇ ਮੁਤਾਬਕ ਵਿਜੋਗ ਹੁੰਦੇ ਨੇ। ਇਹ ਜੋਗੀ ਜੇ ਕਿਧਰੇ ਤੇਰੀ ਐਸੀ ਸੂਝ ਤੇ ਸਮਝ ਹੋਵੇ ਤੇ ਫਿਰ ਉਹ ਤੇਰਾ ਮਾਲਿਕ ਹੋਵੇ, ਪਰਮਾਤਮਾ ਹੋਵੇ, ਉਸਦੇ ਅੱਗੋਂ ਹੀ ਤੂੰ ਆਦੇਸ਼ ਕਰੇ, ਨਮਸਕਾਰ ਕਰੇ। ਆਦੇਸ਼ ਤੇ ਸੇ ਆਦੇਸ਼ ਕਿਸ ਨੂੰ? ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਜੋ ਸਾਰਿਆਂ ਦਾ ਆਦ ਰੂਪ ਹੈ ਔਰ ਜੋ ਸ਼ੁੱਧ ਸਰੂਪ ਹੈ, ਅਨਾਹਤ ਜਿਸ ਨੂੰ ਹੱਤਿਆ ਨਹੀਂ ਜਾ ਸਕਦਾ, ਨਾਸ਼ ਨਹੀਂ ਕੀਤਾ ਜਾ ਸਕਦਾ। ਜੁਗ ਜੁਗ ਏਕੋ ਵੇਸ, ਹਰ ਯੁਗ ਦੇ ਚ ਜਿਸ ਦਾ ਇੱਕੋ ਹੀ ਵੇਸ ਹੈ, ਇੱਕੋ ਹੀ ਰਸ ਹੈ, ਜੇ ਕਿਧਰੇ ਉਹ ਤੇਰਾ ਮਾਲਿਕ ਹੋ ਜਾਏ ਤੇ ਤੂੰ ਉਸ ਨੂੰ ਨਮਸਕਾਰ ਕਰਨ ਵਾਲਾ ਹੋ ਜਾਏ, ਇਹ ਜੋਗੀ ਤੂੰ ਸਹੀ ਮਾਇਨਿਆਂ ਚ ਜੋਗੀ ਬਣ ਗਿਆ, ਤੂੰ ਜੁੜ ਗਿਆ, ਤੂੰ ਜੁੜ ਗਿਆ।